ਚੜਕੇ ਆ ਗਿਆ 2020, 2020 ਵਿੱਚ ਹੋਣਾ ਕੀ? ਚੜਕੇ ਆ ਗਿਆ 2020, 2020 ਵਿੱਚ, 2020 ਵਿੱਚ ਹੋਣਾ ਕੀ? ਕਿਹੜਾ ਪੁੱਤ ਤੇ ਕਿਹੜੀ ਧੀ ਬਹਿ ਕੇ ਘੋਲ ਪਤਾਸੇ ਪੀ, ਪਰ ਇਕੱਠੇ ਹੋ ਜਾਓ ਸਾਰੇ ਜੀ, ਸ਼ੁਰੂ ਕਰਨ ਲੱਗੇ ਹਾਂ। ਹੈਲੋ 2020, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਗਤਾਰ ਸਿੰਘ ਜੱਗੀ। ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਨਵੇਂ ਸਾਲ ਦੀ ਗੱਲ ਚੱਲਦੀ ਹੈ, ਜਿਨ੍ਹਾਂ ਦੇ ਨਵਾਂ ਸਾਲ ਚੜ੍ਹ ਗਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਔਰ ਜਿਨ੍ਹਾਂ ਦੇ ਹਜੇ ਨਵਾਂ ਸਾਲ ਆਉਣਾ, ਜੇ ਸਾਡੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਹਜੇ ਨਵਾਂ ਸਾਲ ਆਉਣਾ ਥੋੜ੍ਹੀ ਦੇਰ ਤੱਕ। ਈਸਟ ਕੋਸਟ ਦੇ ਵਿੱਚ ਜਲਦੀ ਆ ਜਾਣਾ, ਸਾਡੇ ਜਿਹੜਾ ਕੈਲੀਫੋਰਨੀਆ ਵਿੱਚ ਬੈਠੇ ਸੀ ਇੱਥੇ ਥੋੜ੍ਹਾ ਜਿਹਾ ਲੇਟ, ਹਜੇ ਹੋਰ ਇੰਤਜ਼ਾਰ ਕਰਨੀ ਪੈਣੀ ਹੈ। ਔਰ ਬਾਹਲੇ ਮੁਲਕਾਂ ਦੇ ਵਿੱਚ ਤਾਂ ਨਵਾਂ ਸਾਲ ਜਿਹੜਾ ਉਹ ਖਾ ਪੀ ਕੇ ਮਕਾ ਕੇ ਢਿੱਡ 'ਤੇ ਹੱਥ ਫੇਰ ਕੇ ਡਕਾਰ ਮਾਰ ਕੇ ਕੰਮਾਂ ਕਰਨ 'ਤੇ ਵੀ ਚਲੇ ਗਏ ਨੇ, ਔਰ ਕੰਮ ਕਰਨ 'ਤੇ ਤਾਂ ਅਕਸਰ ਜਾਣਾ ਹੀ ਪੈਂਦਾ। ਅੱਜ ਦਾ ਪ੍ਰੋਗਰਾਮ ਹੋਏਗਾ ਜੀ ਚੱਲੇਗਾ, ਜਿਹੜਾ ਹੁਣ ਮੈਂ ਪੈਸੀਫਿਕ ਟਾਈਮ ਹੀ ਦੱਸ ਦਿੰਦਾ, 9 ਵਜੇ ਤੱਕ ਰਾਤੀ ਅਸੀਂ ਪ੍ਰੋਗਰਾਮ ਕਰਾਂਗੇ। ਥੋੜ੍ਹਾ ਜਿਹਾ ਲੇਟ ਹੋ ਗਿਆ ਪ੍ਰੋਗਰਾਮ ਕਿਉਂਕਿ ਮੈਂ ਕੈਲੀਫੋਰਨੀਆ ਦੇ ਵਿੱਚ ਬੈਠਾ, ਨਾਲ ਦੀ ਨਾਲ ਸਾਡੀ ਟੀਮ ਇੱਕ ਨਿਊਯਾਰਕ ਬੈਠੀ ਹੈ, ਨਾਲ ਦੀ ਨਾਲ ਇੱਕ ਟੀਮ ਸਾਡੀ ਇੰਡੀਆ ਦੇ ਵਿੱਚ ਹੈਗੀ ਹੈ। ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਵਾਸਤੇ ਖਾਸ ਹੋਏਗਾ, ਖਾਸ ਹੋਏਗਾ ਪੰਜਾਬੀ ਜਸ ਪੰਜਾਬੀ ਦੇ ਦਰਸ਼ਕਾਂ ਵਾਸਤੇ ਵੀ, ਅਤੇ ਖਾਸ ਹੋਏਗਾ ਜਸ ਹਿੰਦੀ ਦੇ ਦਰਸ਼ਕਾਂ ਵਾਸਤੇ। ਵੱਖਰੀ ਤਰ੍ਹਾਂ ਦਾ ਅੱਜ ਤਜਰਬਾ ਤੁਹਾਡੇ ਸਾਹਮਣੇ ਕਰਨ ਲੱਗੇ ਹਾਂ, ਵੱਖਰੀ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨ ਲੱਗੇ ਹਾਂ, ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਵੀ। ਤੁਸੀਂ ਨਵੇਂ ਸਾਲ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਹੋ, ਕੋਈ ਨਵਾਂ ਸਾਲ ਪੁਰਾਣੇ ਸਾਲ ਦੇ ਵਿੱਚ, ਵੈਸੇ ਤਾਂ ਦੇਖੋ ਜੀ ਸਿੱਧੀ ਸਿੱਧੀ ਚੀਜ਼ ਜਿਹੜੀ ਨਵਾਂ ਸਾਲ ਇਹ ਸਿਖਾਉਂਦਾ, ਪੁਰਾਣੇ ਸਾਲ ਨੂੰ ਬਹੁਤ ਸਾਰੇ ਲੋਕ ਮਾੜਾ ਕਹੀ ਜਾਂਦੇ ਹੁਣ, ਯਾਰ ਬੜਾ ਮਾੜਾ ਸਾਲ ਸੀ, ਯਾਰ ਬੜਾ ਮਾੜਾ ਸਾਲ ਸੀ। ਬਹੁਤ ਸਾਰੇ ਲੋਕ ਚੰਗਾ ਕਹੀ ਜਾਂਦੇ ਨੇ, ਬਹੁਤ ਚੰਗਾ ਸੀ, ਬਹੁਤ ਚੰਗਾ ਸੀ। ਹੁਣ ਨਾ ਤਾਂ ਉਹਨੇ ਚੰਗਾ ਸੁਣ ਕੇ ਲੇਟ ਹੋਇਆ ਵੀ ਚੱਲ ਮੈਨੂੰ ਲੋਕ ਯਾਰ ਚੰਗਾ ਕਹਿੰਦੇ, ਮੈਂ 4 ਦਿਨ ਹੋਰ ਰੁਕ ਜਾਵਾਂ, ਅਤੇ ਨਾ ਹੀ ਮਾੜਾ ਸੁਣ ਕੇ ਉਹ ਜਲਦੀ ਮੁੱਕਿਆ। ਸੋ ਨਵੇਂ ਸਾਲ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ, ਲੋਕ ਚੰਗਾ ਕਹੀ ਜਾਣ ਮਾੜਾ ਕਹੀ ਜਾਣ ਆਪਾਂ ਚੱਲੀ ਚਲੋ। ਹਾਂਜੀ, ਹੁਣ ਕਰੀਏ ਅੱਜ ਦੇ ਪ੍ਰੋਗਰਾਮ ਦੀ ਗੱਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਐਂਟਰਟੇਨਮੈਂਟ ਦੀ ਗੱਲ ਕਰਾਂਗੇ, ਨਾਲ ਦੀ ਨਾਲ ਪਿਛਲੇ ਦਹਾਕੇ ਦੇ ਵਿੱਚ, ਵੈਸੇ ਨਵਾਂ ਸਾਲ ਹੀ ਨਹੀਂ ਚੜ੍ਹ ਰਿਹਾ, ਨਵਾਂ ਦਹਾਕਾ ਵੀ ਚੜ੍ਹ ਰਿਹਾ, ਦਹਾਕਾ 10 ਸਾਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਦਹਾਕਾ 20 ਨਵਾਂ ਸ਼ੁਰੂ ਹੋ ਰਿਹਾ। ਸੋ ਅੱਜ ਦਾ ਪ੍ਰੋਗਰਾਮ ਖਾਸ ਇਸ ਕਰਕੇ ਹੋਏਗਾ ਕਿ ਇੰਡੀਆ ਤੋਂ ਮੇਰੇ ਨਾਲ ਜਿਹੜੇ ਸਾਡਾ ਜਸ ਪੰਜਾਬੀ ਜਸ ਸਾਰੇ ਚੈਨਲਾਂ ਦਾ ਦੇਖ ਰੇਖ ਕਰਦੇ ਨੇ CEO ਚੀਫ ਆਪਰੇਸ਼ਨ ਆਫਿਸਰ ਕਹਿੰਦੇ, ਬੜਾ ਔਖਾ ਜਿਹਾ ਨਾਂ ਰੱਖਿਆ ਵੈਸੇ ਡੈਜੀਗਨੇਸ਼ਨ ਦਾ, ਅਤੇ ਜਿਹੜਾ ਸਾਰੀ ਮੁੱਕ ਦੀ ਗੱਲ ਜੀ ਇੰਡੀਆ ਦਾ ਸਾਰਾ ਕੰਮ ਕਾਰ ਦੇਖਦੇ ਨੇ, ਅਤੇ ਨਾਲ ਦੀ ਨਾਲ ਜਸ ਹਿੰਦੀ ਦੇ ਉੱਪਰ ਤੁਸੀਂ ਉਹਨਾਂ ਦਾ ਪ੍ਰੋਗਰਾਮ ਦੇਖਦੇ ਹੋ ਦਿਲ ਕੀ ਓਪਨ ਸਟੇਜ, ਔਰ ਬਹੁਤ ਪਸੰਦ ਵੀ ਕਰਦੇ ਹੋ, ਕਾਲਾਂ ਵੀ ਕਰਦੇ ਹੋ। ਮੇਰਾ ਵੀ ਪਸੰਦੀਦਾ ਪ੍ਰੋਗਰਾਮ ਆ ਕਿਉਂਕਿ ਸਾਡੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਪੁਰਾਣਾ ਸੰਗੀਤ ਪਸੰਦ ਹੈਗਾ। ਸੋ ਪਹਿਲਾਂ ਸਵਾਗਤ ਕਰਦੇ ਹਾਂ ਜੀ ਇਸ ਹੈਲੋ 2020 ਦੇ ਵਿੱਚ ਸਿਮਰਜੋਤ ਫਰੋਮ ਇੰਡੀਆ। ਸਿਮਰ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ, ਤੁਸੀਂ ਮੇਰਾ ਕਰੋ ਮੈਂ ਤੁਹਾਡਾ ਕਰਾਂ। ਸਤਿ ਸ਼੍ਰੀ ਅਕਾਲ ਜੱਗੀ ਜੀ, ਅਤੇ ਨਾਲ ਨਾਲ ਸਤਿ ਸ਼੍ਰੀ ਅਕਾਲ ਜਸ ਪੰਜਾਬੀ ਵੇਖ ਰਹੇ ਸਾਰੇ ਵਿਊਅਰਸ ਦਾ। ਅਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੈਂ ਅੱਜ ਆਪਣੇ ਘਰ ਆਈ ਹਾਂ। ਤੁਸੀਂ ਮੈਨੂੰ ਜਸ ਹਿੰਦੀ ਅਤੇ ਮੇਰੇ ਵੱਲੋਂ ਵੀ ਹਾਂਜੀ ਦੱਸੋ ਦੱਸੋ ਜੱਗੀ। ਹਾਂਜੀ ਮੈਂ ਕਿਹਾ ਜੀ ਮੇਰੇ ਵੱਲੋਂ ਵੀ ਕਿਉਂਕਿ ਦਰਸ਼ਕ ਆਪਣੇ ਜਸ ਪੰਜਾਬੀ ਜਸ ਹਿੰਦੀ ਦੇ ਤਕਰੀਬਨ ਕਾਫੀ ਕਾਮਨ ਵੀ ਹੈਗੇ, ਸੋ ਜਸ ਹਿੰਦੀ ਦੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਹੈਗੀ ਆ। ਸੋ ਅੱਜ ਸਿਮਰ ਜੀ ਨਵਾਂ ਸਾਲ ਜਿਹੜਾ 2020, ਹੈਲੋ 2020 ਸਾਡੇ ਪ੍ਰੋਗਰਾਮ ਦਾ ਨਾਮ ਹੀ ਹੈ, ਨਾਮ ਵੀ ਬੜਾ 2020 ਦਹਾਕਾ ਵੀ ਚੇਂਜ ਹੋ ਰਿਹਾ, ਅਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਪਿਛਲੇ ਸਾਲ ਬਾਰੇ ਕੋਈ ਗੱਲ ਕਹਿਣੀ ਚਾਹੁੰਦੇ ਹੋ? ਵੈਸੇ ਕਈ ਲੋਕ ਤਾਂ ਕਹਿੰਦੇ ਯਾਰ ਬੜਾ ਢੀਠ ਹੈ ਨਵਾਂ ਸਾਲ, ਹਰੇਕ ਸਾਲ ਹੀ ਆ ਜਾਂਦਾ। ਮੈਂ ਤਾਂ ਜਿਹੜਾ ਹਰ ਪਲ ਜਿਹੜਾ ਗੁਜ਼ਰ ਗਿਆ ਹੁੰਦਾ ਹੈ ਉਹਨੂੰ ਨਾਲ ਲੈ ਲੈਂਦੀ ਹਾਂ, ਜਿਹੜੀ ਉਹਦੀ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਉਹਨੂੰ ਆਪਾਂ ਨਾਲ ਲੈ ਲੈਂਦੇ ਹਾਂ, ਜਿਹੜੀਆਂ ਵਿਗੜੀਆਂ ਹੋਈਆਂ ਗੱਲਾਂ ਹੁੰਦੀਆਂ ਉਹਨੂੰ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਾਂ, ਹੈ ਨਾ ਚੰਗੀ ਜੀ? ਅਤੇ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਅਗਲੇ ਸਾਲ ਦੇ ਇਹੀ ਤਰੀਕਾ ਹੁੰਦਾ ਹੈ ਜੀਣ ਦਾ, ਅਤੇ ਤਾਂ ਕਿ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਆਰਾਮ ਨਾਲ ਖੁਸ਼ੀ ਨਾਲ ਅਤੇ ਆਪਣੇ ਆਪਣੇ ਸੁਭਾਅ ਨਾਲ ਚੱਲਦੀ ਰਹੇ, ਕਿਉਂ? ਅਤੇ ਸਭ ਤੋਂ ਪਹਿਲਾਂ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਸ ਪੰਜਾਬੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਅੱਜ ਆਪਣੇ ਘਰ ਆਈ ਹਾਂ। ਇਹ ਤਾਂ ਇਹ ਹਾਲ ਸੀਗਾ ਕਿ ਘਰ ਬਿਲਕੁਲ ਇੱਕ ਕਦਮ ਨੇੜੇ ਹੀ ਸੀਗਾ, ਬਸ ਜਦੋਂ ਵੀ ਪੈਰ ਰੱਖਣ ਲੱਗੋ ਤਾਂ ਇਹ ਲੱਗਦਾ ਸੀਗਾ ਕਿ ਜ਼ਿਆਦਾ ਦੂਰ ਹੋ ਗਿਆ, ਜਿਹੜੀ ਮਸਰੂਫੀਅਤਾਂ ਨੇ ਉਹ ਉਹਨਾਂ ਨੇ ਜਿਹੜਾ ਪਾੜਾ ਹੈ ਉਹ ਲੰਬਾ ਕਰਤਾ, ਹੈ ਨਾ? ਤਾਂ ਕਰਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਕਾਫੀ ਚਿਰ ਬਾਅਦ ਜਸ ਪੰਜਾਬੀ ਦੇ ਵਿਊਜ਼ ਨਾਲ ਜੁੜ ਰਹੀ ਹਾਂ। ਅਤੇ ਜੱਗੀ ਜੀ ਮੈਨੂੰ ਇਹ ਲੱਗਦਾ ਕਿ ਦਿਲ ਕੀ ਓਪਨ ਸਟੇਜ ਦੇ ਵਿੱਚ ਜਿਹੜੇ ਦਿਲ ਕੀ ਓਪਨ ਸਟੇਜ ਵੀ ਅਸ ਦੇਖਦੇ ਨੇ ਉਹ ਜਸ ਪੰਜਾਬੀ ਵੀ ਦੇਖਦੇ ਨੇ,
ਤੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਰੰਗ ਹੁੰਦਾ ਹੈ ਉਹ ਪੁਰਾਣੇ ਗੀਤਾਂ ਦਾ ਹੁੰਦਾ ਹੈਗਾ, ਪੁਰਾਣੇ ਰੰਗਾਂ ਦਾ ਹੁੰਦਾ ਹੈਗਾ। ਪੁਰਾਣੇ ਨਹੀਂ ਕਵਾਂਗੀ, ਐਵਰਗ੍ਰੀਨ ਕਵਾਂਗੀ, ਕਿਉਂ ਚੱਕੀ ਜੀ? ਤੁਹਾਡੀ ਤਰ੍ਹਾਂ ਐਵਰਗ੍ਰੀਨ ਹੈ, ਤੁਹਾਡੀ ਤਰ੍ਹਾਂ ਇੱਕ ਦਹਾਕਾ ਬੀਤ ਗਿਆ, ਮੈਨੂੰ ਲੱਗਦਾ ਕਿ ਇੱਕ ਤੁਹਾਡੀ ਤਰ੍ਹਾਂ ਵੀ ਸੇਮ ਇੱਕ ਦਹਾਕੇ ਤੋਂ ਤੁਸੀਂ ਵੀ ਇਸ ਤਰ੍ਹਾਂ ਹੀ ਹੈਗੇ ਹੋ। ਸੇਮ ਟੂ ਯੂ। ਥੈਂਕ ਯੂ। ਔਰ ਅਸੀਂ ਮੈਂ ਸਿਮਰ ਜੀ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਅਸੀਂ ਸਿਮਰ ਜੀ ਹੁਣ ਜਸ ਪੰਜਾਬੀ 'ਤੇ ਪੂਰੀ ਦੇਖ ਰੇਖ ਕਰਦੇ ਨੇ, ਪਰ ਅਸੀਂ ਸਾਡਾ ਜਿਹੜਾ ਆਪਸੀ ਪ੍ਰੋਗਰਾਮਾਂ ਦਾ ਨਾਤਾ ਹੈਗਾ ਜਾਂ ਉਹ ਬਹੁਤ ਲੰਬੇ ਸਮੇਂ ਤੋਂ ਅਸੀਂ 6 ਸਾਲ ਪਹਿਲਾਂ ਇਕੱਠੇ ਕੰਮ ਕਰਿਆ, ਔਰ ਇਹ ਮਤਲਬ ਇਹ ਕਹਿ ਲਓ ਪ੍ਰੋਡਿਊਸਰ ਡਾਇਰੈਕਟਰ ਹੁੰਦੇ ਸੀ ਉੱਥੇ ਵੀ, ਅਤੇ ਉੱਥੇ ਮੈਂ ਐਂਕਰ ਹੁੰਦਾ ਸੀਗਾ, ਅਤੇ ਇਹ ਫਿਰ ਤੁਹਾਨੂੰ ਪਤਾ ਹੀ ਹੈ ਪ੍ਰੋਡਿਊਸਰ ਡਾਇਰੈਕਟਰ ਜਿਵੇਂ ਸਖਤ, ਕੋਈ ਮਾਸਟਰਾਣੀ ਨਹੀਂ ਹੁੰਦੀ ਪਿੰਡਾਂ ਦੇ ਵਿੱਚ, ਸਕੂਲ ਦੇ ਵਿੱਚ ਨਹੀਂ ਉਹ, ਮੈਂ ਵੈਸੇ ਵੀ ਅਤੇ ਇੰਨਾ ਬਹੁਤ ਵਧੀਆ ਹੈ। ਮੈਂ ਕਹਿ ਰਹੀ ਸੀ ਸਾਡੀ ਜਾਣ ਪਛਾਣ ਬੜੀ ਪੁਰਾਣੀ ਹੈਗੀ, ਤਾਂ ਅਸੀਂ ਇੱਕ ਦੂਜੇ ਦੀ ਜਾਣ ਵੀ ਬਹੁਤ ਜਾਣ ਪਛਾਣ ਬਹੁਤ ਪੁਰਾਣੀ ਕਿਉਂ ਘੰਟੇ ਦਾ ਫਰਕ ਹੈਗਾ ਜਿੱਥੇ ਸਭ ਤੋਂ ਪਹਿਲਾਂ ਨਵਾਂ ਸਾਲ ਚੜ੍ਹਦਾ ਤੇ ਜਿੱਥੇ ਸਭ ਤੋਂ ਆਖਰੀ ਚੜ੍ਹਦਾ। 26 ਘੰਟੇ ਪਹਿਲਾਂ ਜਿਹੜਾ ਉਹ ਇਹ ਜਿਹੜਾ ਇੱਕ ਟਾਪੂ ਆ ਛੋਟਾ ਜਿਹਾ ਪੈਸੀਫਿਕ ਆਈਲੈਂਡ ਇਨ ਟੋਂਗਾ ਦੇ ਵਿੱਚ ਆਸਟ੍ਰੇਲੀਆ ਦੇ ਨੇੜੇ ਪੈਂਦਾ, ਸਭ ਤੋਂ ਪਹਿਲਾਂ ਸੂਰਜ ਜਿਹੜਾ ਉਹ ਜਿਹੜਾ ਨਵੇਂ ਸਾਲ ਦਾ ਉੱਥੋਂ ਦੇ ਲੋਕ ਦੇਖਦੇ ਨੇ। ਵੈਸੇ ਕਿਹਾ ਇਹ ਜਾਂਦਾ, ਧਾਰਨਾ ਇਹ ਸੀਗੀ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਨਵਾਂ ਸਾਲ ਚੜ੍ਹਦਾ, ਪਰ ਆਸਟ੍ਰੇਲੀਆ ਨੇੜੇ ਇੱਕ ਛੋਟਾ ਜਿਹਾ ਟਾਪੂ, ਸਭ ਤੋਂ ਪਹਿਲਾਂ ਸੂਰਜ ਨਵੇਂ ਸਾਲ ਦਾ ਉੱਥੇ ਚੜ੍ਹਦਾ, ਅਤੇ ਸਭ ਤੋਂ ਆਖਰੀ ਸੂਰਜ ਜਿਹੜਾ ਉਹ ਸਾਡੇ ਹਿੱਸੇ ਆਇਆ ਜੀ ਇੱਥੇ ਕੈਲੀਫੋਰਨੀਆ ਵਾਲਿਆਂ ਦੇ, ਉਹ ਇੱਥੇ ਐਲਏ ਦੇ ਨੇੜੇ ਇੱਕ ਸਮੋਆ ਪੈਂਦਾ, ਸਮੋਆ ਸਿਟੀ, ਸਮੋਆ ਇੱਥੇ ਐਲਏ ਜਿੱਥੇ ਅਸੀਂ ਅੱਜ ਬੈਠੇ ਪ੍ਰੋਗਰਾਮ ਕਰ ਰਹੇ ਹਾਂ, ਉਸ ਆਖਰੀ ਜਿਹੜਾ ਨਵਾਂ ਸਾਲ ਹੈਗਾ ਉਹ ਸਮੋਆ ਦੇ ਵਿੱਚ ਹੁੰਦਾ। ਔਰ ਇਹ ਜਿਹੜਾ ਨਵਾਂ ਸਾਲ ਬਣਿਆ ਜਿਹੜਾ ਅੱਜ ਗ੍ਰੋਗੀਅਨ ਜਿਹੜੀ ਕੈਲੰਡਰ ਕਹਿ ਦਿੰਦੇ ਇਹਨੂੰ ਆਪਾਂ, ਇਹ 1582 ਦੇ ਵਿੱਚ ਇਹ ਬਣਿਆ ਸੀਗਾ, ਅਤੇ 1582 ਤੋਂ ਇਹ ਚੱਲਦਾ ਆ ਰਿਹਾ। ਪਰ ਅਗਰ ਅਸੀਂ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਲੱਖਾਂ ਤਰ੍ਹਾਂ ਦੇ ਆਪਣੇ ਕੈਲੰਡਰ ਨੇ, ਭਾਰਤ ਦੀ ਇਕੱਲੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਲਗਭਗ ਦੇਸੀ ਜਿਹੜੇ ਅਸੀਂ ਮਹੀਨੇ ਅਸੀਂ ਕਹਿ ਰਹੇ, ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਨਵਾਂ ਸਾਲ ਅਸੀਂ ਮਾਰਚ ਤੋਂ ਗਿਣਦੇ ਹਾਂ ਦੇਸੀ ਮਹੀਨਿਆਂ ਮੁਤਾਬਕ, ਲਗਭਗ 50 ਕੈਲੰਡਰ ਸਿਰਫ ਭਾਰਤ ਦੇ ਵਿੱਚ ਹੈਗੇ ਨੇ। ਹਾਂਜੀ ਸਿਮਰ, ਮੈਂ ਤਾਂ ਇਹ ਕਹਿ ਸਕਦੀ ਹਾਂ ਕਿ ਸਾਡੇ ਇੰਡੀਆ ਦੇ ਵਿੱਚ ਸੂਰਜ ਚੜ੍ਹ ਗਿਆ, ਅਤੇ ਉੱਥੇ ਤੁਹਾਡੇ ਉੱਥੇ ਚੰਨ ਚੜ੍ਹਨਾ ਬਾਕੀ ਹੈ ਹਾਲੇ ਨਵੇਂ ਸਾਲ ਦਾ। ਬਹੁਤ ਖੁਸ਼ਨੁਮਾ ਹੋਏਗੀ, ਬਹੁਤ ਤੁਹਾਡੇ ਸੁਪਨਿਆਂ ਨੂੰ ਪੂਰਾ ਕਰੇਗੀ, ਉਮੀਦਾਂ ਨੂੰ ਪੂਰਾ ਇਕਦਮ, ਜਿਹੜੇ ਤੁਸੀਂ ਇੰਨੇ ਚਿਰ ਤੋਂ ਬਚਾ ਕੇ ਰੱਖੇ ਹੋਏ, ਨਹੀਂ ਇਸ ਸਾਲ ਨਹੀਂ ਹੁਣ ਪੂਰਾ ਹੋ ਜਾਏਗੀ, ਉਹ ਪੂਰੀ ਹੋਏਗੀ। ਮੈਨੂੰ ਲੱਗਦਾ ਕਿ ਸਾਡੇ ਕਾਲਰ ਜੁੜ ਰਹੇ ਨੇ। ਜੱਗੀ ਜੀ, ਮੈਂ ਕਾਫੀ ਦੇਰ ਤੋਂ ਕਾਲ ਹੋਲਡ ਤੇ ਪਾਈ ਹੋਈ ਹੈ, ਮੈਂ ਪਹਿਲਾਂ ਕਾਲ ਲੈ ਲੈਂਦੀ ਹਾਂ, ਇੱਕ ਫਿਰ ਆਪਾਂ ਗੱਲ ਕਰਦੇ ਹਾਂ। ਹੈਲੋ ਜੀ, ਜੀ ਜੀ ਹੈਲੋ ਹੈਲੋ ਆਵਾਜ਼ ਆ ਰਹੀ ਹੈ ਜੀ ਤੁਹਾਨੂੰ? ਹਾਂਜੀ ਮਿਰਖ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜਾਣ ਸਕਦੀ ਹਾਂ ਕਿਹਨਾਂ ਨਾਲ ਗੱਲ ਕਰ ਰਹੀ ਹਾਂ? ਬਲਜੀਤ ਜੀ, ਕੀ ਹਾਲ ਨੇ ਤੁਹਾਡੇ? ਸਤਿ ਸ਼੍ਰੀ ਅਕਾਲ, ਮੈਂ ਕੰਬਲ ਚ ਲੁੱਕ ਕੇ ਬੈਠੀ ਆ ਤੇ ਜੱਗੀ ਦੀ ਵੇਟ ਕਰਦੀ ਸੀ। ਤੇ ਤੁਸੀਂ ਕਾਲ ਮੈਨੂੰ ਲਾ ਲਿਆ ਫਿਰ? ਜੱਗੀ ਜੀ ਦੀ ਵੇਟ ਕਰਦੇ ਸੀਗੇ ਤੇ ਤੁਸੀਂ ਕਾਲ ਸਿਮਰ ਨੂੰ ਲਾ ਲਿਆ ਹੈ? ਇਹ ਤਾਂ ਨਵਾਂ ਸਾਲ ਚੜਿਆ ਨਾ, ਪਹਿਲਾਂ ਨਹੀਂ ਆਪਾਂ ਦੇਖਿਆ ਤੁਹਾਨੂੰ? ਪਹਿਲਾਂ ਨਹੀਂ ਦੇਖਿਆ ਗਾ, ਉਦਾਂ ਦੇਖਿਆ ਪ੍ਰੋਗਰਾਮਾਂ ਚ, ਪਤਾ ਸਾਨੂੰ ਤੁਸੀਂ ਕੌਣ ਹੈਗੇ, ਬਹੁਤ ਵਧੀਆ ਆ। ਮੈਂ ਉਹੀ ਤਾਂ ਮੈਂ ਕਹਿ ਰਹੀ ਸੀ ਕਿ ਜਿਹੜਾ ਪਿਆਰ ਜੱਗੀ ਜੀ ਹੋਰਾਂ ਨੂੰ ਦਿੰਦੇ ਤੇ ਹੋਰ ਐਂਕਰਸ ਨੂੰ ਦਿੰਦੇ ਆ, ਮੈਂ ਨਵੇਂ ਸਾਲ ਚ ਉਹਨੂੰ ਝਪਟ ਕੇ ਸਾਰਾ ਆਪਣੇ ਕੋਲ ਲੈ ਲਾਂ। ਕਿਉਂ ਸਿਮਰ ਜੀ, ਆਪਾਂ ਦਰਸ਼ਕਾਂ ਨੂੰ ਬੇਨਤੀ ਕਰ ਦਈਏ, ਕਾਲ ਜਿਹੜੀ ਆਪਣੇ ਤੋਂ ਬਹੁਤ ਘੱਟ ਗੱਲ ਕਰਨ, ਬਹੁਤ ਸੋਹਣੀਆਂ ਗੱਲਾਂ ਕਰਦਾ ਆ। ਜੱਗੀ ਜੀ ਤੁਹਾਡੀ ਤਾਰੀਫਾਂ ਹੋ ਰਹੀਆਂ ਨੇ, ਮੈਂ ਸੁਣ ਲਵਾਂ ਥੋੜੀ ਜੀ ਜਾਂ ਛੱਡ ਦਵਾਂ ਹੁਣ ਵਿੱਚ? ਜੀ ਨਹੀਂ ਆਪਾਂ ਤਾਰੀਫਾਂ ਹੋਰ ਦਿਨ ਚ ਲਵਾਂਗੇ, ਆਪਾਂ ਤੁਸੀਂ ਫੋਨ ਕੱਟ ਦਿਓ। ਜਿਸ ਦਿਨ ਦੀ
ਵੀ ਪੱਗ ਬੰਨੀ ਉਦੋਂ ਦੀਆਂ ਵਧਾਈਆਂ ਦਿੱਤੀਆਂ ਅੱਜ ਫੇਰ ਵਧਾਈਆਂ ਦਿੰਦੀਆਂ ਨਵੇਂ ਸਾਲ ਤੋਂ ਥੈਂਕ ਯੂ ਬਲਜੀਤ ਜੀ ਮੈਂ ਤੁਹਾਡੀ ਤੁਹਾਡੀ ਵਧਾਈਆਂ ਜੱਗੀ ਜੀ ਤੱਕ ਪਹੁੰਚ ਗਈਆਂ ਨੇ ਤੇ ਜੱਗੀ ਜੀ ਵੈਸੇ ਵਾਕਈ ਤੁਸੀਂ ਪੱਗ ਬੰਨ ਕੇ ਇੱਕਦਮ ਡਿਫਰੈਂਟ ਪਰਸਨੈਲਿਟੀ ਲੱਗਦੇ ਹੋ ਹੈ ਮਤਲਬ ਉਹ ਉਮਰ ਲੁਕਾਉਂਦੇ ਫਿਰਦੇ ਆ ਜੀ ਹੋਰ ਕਿਹੜੀ ਪੱਗ ਦਾ ਚਲੋ ਵੈਸੇ ਦਸਤਾਰ ਨਾਲ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਇਕੱਲਾ ਲੁੱਕ ਦਾ ਨਹੀਂ ਸੋਚਣੀ ਦਾ ਬਹੁਤ ਫਰਕ ਪੈ ਜਾਂਦਾ ਸਿਮਰ ਜੀ ਇੱਕ ਮਿੰਟ ਮੈਂ ਦਰਸ਼ਕਾਂ ਨੂੰ ਬੇਨਤੀ ਕਰ ਦੇਵਾਂ ਕਿ ਅਸੀਂ ਕਾਲਾਂ ਜ਼ਰੂਰ ਲਵਾਂਗੇ ਤੁਹਾਡੀਆਂ ਜਿਹੜਾ ਮੇਰਾ ਨੰਬਰ ਕੈਲੀਫੋਰਨੀਆ ਦਾ ਸਕਰੀਨ 'ਤੇ ਆਉਂਦਾ ਉੱਤੇ ਵੀ ਕਾਲਾਂ ਲਵਾਂਗੇ ਜਿਹੜਾ ਇੰਡੀਆ ਦਾ ਨੰਬਰ ਆਉਂਦਾ ਹੁੰਦਾ ਇੰਡੀਆ ਦੇ ਪ੍ਰੋਗਰਾਮਾਂ ਦਾ ਜਾਂ ਦਿਲ ਕੀ ਓਪਨ ਸਟੇਜ 'ਤੇ ਆਉਂਦਾ ਉਹਦੇ 'ਤੇ ਵੀ ਕਾਲਾਂ ਲਵਾਂਗੇ ਪਰ ਸਿਮਰ ਜੀ ਮੇਰੇ ਖਿਆਲ ਥੋੜ੍ਹਾ ਜਿਹਾ ਕਾਲਾਂ ਆਪਾਂ ਲਈਏ ਅਤੇ ਬਾਕੀ ਦਰਸ਼ਕਾਂ ਨੂੰ ਬੇਨਤੀ ਹੈ ਵੀ ਬਹੁਤ ਛੋਟੀ ਗੱਲ ਕਰਕੇ ਅੱਜ ਕਿਰਪਾ ਕਰਕੇ ਸਮਾਂ ਥੋੜ੍ਹਾ ਛੋਟੀ ਗੱਲ ਇਹ ਕਰਨ ਹਾਂਜੀ ਸਿਮਰ ਜੀ ਮੇਰੇ ਖਿਆਲ ਥੋੜ੍ਹਾ ਗੀਤ ਸੰਗੀਤ ਦਾ ਮਾਹੌਲ ਹੋ ਜਾਏ ਕੋਈ ਵਧੀਆ ਜਿਹਾ ਗਾਣਾ ਤੁਹਾਡੀ ਮਨਪਸੰਦ ਦਾ ਦਿਲ ਕੀ ਓਪਨ ਸਟੇਜ ਹਾਂਜੀ ਮੈਂ ਇਹ ਗੱਲ ਕਹਿ ਰਹੀ ਸੀ ਕਿ ਦਿਲ ਕੀ ਓਪਨ ਸਟੇਜ ਦੀ ਜਦੋਂ ਗੱਲ ਹੁੰਦੀ ਹੈ ਤਾਂ ਐਵਰਗ੍ਰੀਨ ਸੌਂਗਸ ਦੀ ਗੱਲ ਜ਼ਰੂਰ ਹੁੰਦੀ ਹੈ ਅਤੇ ਐਵਰਗ੍ਰੀਨ ਸੌਂਗਸ ਤਾਂ ਪੰਜਾਬੀ 'ਚ ਇਹੋ ਜਿਹੇ ਨੇ ਜਿਹੜੇ ਇੱਕ ਵਾਰੀ ਮੂੰਹ 'ਤੇ ਚੜ੍ਹ ਜਾਣ ਤਾਂ ਉਹ ਮਤਲਬ ਕਿੰਨੇ ਦਿਨਾਂ ਤੱਕ ਉਹ ਉਸੇ ਤਰ੍ਹਾਂ ਉਸੇ ਮਾਹੌਲ 'ਚ ਬੰਦਾ ਘੁੰਮਦਾ ਰਹਿੰਦਾ ਹੈ ਅਤੇ ਇੱਕ ਐਵਰਗ੍ਰੀਨ ਸੌਂਗ ਮਤਲਬ ਕਿ ਹਾਂਜੀ ਦੱਸੋ ਦੱਸੋ ਜੱਗੀ ਜੀ ਮੈਂ ਇਹ ਕਹਿ ਰਹੀ ਮਤਲਬ ਕਿ ਬਹੁਤ ਸਾਰੇ ਗੀਤ ਐਸੇ ਨੇ ਜਿਹੜੇ ਕਿ ਲੋਕ ਗੀਤ ਬਣ ਗਏ ਸਾਡੇ ਪੰਜਾਬੀ ਦੇ ਹਾਂ ਰੂਹ ਦੇ ਗੀਤ ਵੀ ਬਣ ਗਏ ਸਾਡੇ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆ ਰਾਹ ਭੁੱਲ ਨਾ ਜਾਵੇ ਘਰ ਭੁੱਲ ਨਾ ਜਾਵੇ ਚੰਨ ਮੇਰਾ ਸੋ ਅਸੀਂ ਵੀ ਬੱਤੀ ਬਾਲ ਕੇ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਹੁਣ ਬਨੇਰਿਆਂ 'ਤੇ ਬਾਹਰ ਰੱਖਦੀ ਆ ਕਿ ਸਾਡਾ ਜਿਹੜਾ ਨਵਾਂ ਸਾਲ ਆ ਕਿਤੇ ਘਰ ਨਾ ਭੁੱਲ ਜਾਵੇ ਕਿਤੇ ਗਾਂਹ ਲੰਘ ਜਾਵੇ ਸਾਡੇ ਕੋਲ ਦੀ ਚੁੱਪ ਚਪੀਤਾ ਸੋ ਨਵੇਂ ਸਾਲ ਵਾਸਤੇ ਬਿਲਕੁਲ ਤਿਆਰ ਆ ਜੀ ਸਾਰੇ ਪੰਜਾਬੀ ਅਸੀਂ ਤੁਹਾਡੀਆਂ ਕਾਲਾਂ ਜਿਹੜੀਆਂ ਇਸ ਬ੍ਰੇਕ ਤੋਂ ਬਾਅਦ ਨਹੀਂ ਅਗਲੀ ਬ੍ਰੇਕ ਤੋਂ ਬਾਅਦ ਜ਼ਰੂਰ ਲਵਾਂਗੇ ਸੋ ਹਜੇ ਕਾਲਾਂ ਹੋਲਡ ਨਾ ਕਰੋ ਥੋੜ੍ਹੀ ਬਹੁਤ ਗੱਲਬਾਤ ਵੀ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਵੀ ਲਵਾਂਗੇ ਨਵੇਂ ਸਾਲ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਦਿਲ ਦੀਆਂ ਉਮੰਗਾਂ ਲੱਖਾਂ ਪੰਜਾਬੀ ਜਿਹੜੇ ਇਸ ਟਾਈਮ ਜਸ ਪੰਜਾਬੀ ਦੇਖ ਰਹੇ ਨੇ ਉਹਨਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਹੈਲੋ 2020 ਦੇ ਵਿੱਚ ਅਤੇ ਜਸ ਪੰਜਾਬੀ ਦੇ ਸਾਰੇ ਵਿਊਰਸ ਜਿਹੜੇ ਸਾਨੂੰ ਇਸ ਵੇਲੇ ਦੇਖ ਰਹੇ ਨੇ ਅਤੇ ਜਿਹੜੇ ਨਵੇਂ ਸਾਲ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਵੀ ਹੋਪ ਦੀਆਂ ਬੱਤੀਆਂ ਬਾਲ ਕੇ ਬਨੇਰੇ 'ਤੇ ਰੱਖ ਲਈਆਂ ਹੋਣੀਆਂ ਨੇ ਕਿ ਨਵਾਂ ਸਾਲ ਆਏਗਾ ਅਤੇ ਨਵੇਂ ਸਾਲ ਦੇ ਵਿੱਚ ਆਪਾਂ ਕਿਹੜੀ ਕਿਹੜੀ ਜਿਹੜੀ ਰਹਿ ਗਈਆਂ ਗੱਲਾਂ ਸੀਗੀਆਂ ਉਹਨਾਂ ਨੂੰ ਆਪਾਂ ਪੂਰੀ ਕਰਾਂਗੇ ਅਤੇ ਹੁਣ ਆਪਾਂ ਇੱਕ ਕਾਲ ਲੈ ਲੈਂਦੇ ਹਾਂ ਹੈਲੋ ਬੜੀ ਖੁਸ਼ੀ ਹੋਈ ਅੱਜ ਪਹਿਲੇ ਦਿਨ ਤੁਹਾਡੀ ਦੇਖਿਆ ਤੁਹਾਨੂੰ ਕਾਲ ਤੁਹਾਡੀ ਲੱਗੀ ਤੇ ਕਿਉਂ ਅਸੀਂ ਵੈਸੇ ਬਿਲੋਂਗ ਤਾਂ ਪੰਜਾਬ ਨੂੰ ਜਲੰਧਰ ਤੋਂ ਕਰਦੇ ਆ ਪਰ ਰਹਿੰਦੇ ਅਮੈਰੀਕਾ ਆ ਅਮੈਰੀਕਾ 'ਚ ਭਾਵੇਂ ਸਾਨੂੰ ਸਾਰੇ ਸੁੱਖ ਮਿਲੇ ਆ ਪਰ ਸਾਨੂੰ ਆਪਣਾ ਪੰਜਾਬ ਇੰਡੀਆ ਨਹੀਂ ਭੁੱਲ ਰਿਹਾ ਠੀਕ ਨਹੀਂ ਤੇ ਜਸ ਪੰਜਾਬੀ ਭੁੱਲਣ ਵੀ ਨਹੀਂ ਦੇਗਾ ਕਿਉਂ ਹਾਂ ਇਸ ਕਰਕੇ ਇੱਥੇ ਭਾਵੇਂ ਸਾਨੂੰ ਸਾਰੇ ਸੁੱਖ ਵੀ ਹੈਗੇ ਆ ਔਰ ਜਸ ਪੰਜਾਬੀ ਦਾ ਸਾਨੂੰ ਬਹੁਤ ਜ਼ਿਆਦਾ ਸੁੱਖ ਮਿਲੇ ਇੱਥੇ ਆ ਕੇ ਬਾਕੀ ਵੀ ਮਿਲ ਗਏ ਆ ਪਰ ਸਾਨੂੰ ਆਪਣਾ ਦੇਸ਼ ਨਹੀਂ ਭੁੱਲਿਆ ਠੀਕ ਨਹੀਂ ਤੇ ਅਸੀਂ ਹੁਣੇ ਹੁਣੇ ਮੈਂ ਵੈਸੇ ਡੇਢ ਮਹੀਨਾ ਹੋਇਆ 2 ਮਹੀਨੇ ਵਾਪਸ ਆਇਆ ਚੰਡੀਗੜ੍ਹ ਵੀ ਗਿਆ ਸੀਗਾ ਮੈਂ ਜੇ ਤੁਸੀਂ ਤੁਹਾਡੇ ਬਾਰੇ ਪਹਿਲੇ ਪਤਾ ਤੁਹਾਨੂੰ ਵੀ ਮਿਲ ਕੇ ਜਾਣਾ ਸੀ ਮੈਂ ਤੇ ਬਹੁਤ ਬਹੁਤ ਚੰਗਾ ਲੱਗਾ ਜੀ ਥੈਂਕ ਯੂ ਗਿਆਨ ਸਿੰਘ ਜੀ ਥੈਂਕ ਯੂ ਗਿਆਨ ਸਿੰਘ ਜੀ ਜੱਗੀ ਜੀ ਵੀ ਤੁਹਾਨੂੰ ਥੈਂਕ ਯੂ ਕਹਿ ਰਹੇ ਨੇ ਤੇ ਜੁੜਨ ਲਈ ਨਵੇਂ ਸਾਲ ਹਾਂਜੀ ਦੱਸੋ ਜੱਗੀ ਜੀ ਕੁਝ ਕਹਿਣਾ ਚਾਹੁੰਦੇ ਹੋ ਸਿਮਰ ਜੀ ਮੈਂ ਕਿਹਾ ਮੈਨੂੰ ਭੁੱਲ ਗਿਆ ਕਿਤੇ ਮੈਂ ਕਿਹਾ ਮੈਂ ਵੀ ਬੈਠਾ ਇੱਧਰ ਜੱਗੀ ਜੀ ਅੱਛਾ ਸਿਮਰ ਜੀ ਤੁਸੀਂ ਹੋਪ ਦੀ ਗੱਲ ਕੀਤੀ ਮੈਂ ਛੋਟੀ ਜਿਹੀ ਗੱਲ ਜ਼ਰੂਰ ਕਰਨੀ ਚਾਹੁੰਦਾ ਸਾਡੇ ਦਰਸ਼ਕਾਂ ਵਾਸਤੇ ਇੱਥੇ ਕੱਲ੍ਹ ਨੂੰ ਇੱਕ ਜਨਵਰੀ ਨੂੰ ਹਰ ਸਾਲ ਹੁੰਦੀ ਹੈ ਰੋਜ਼ ਪਰੇਡ ਉਹਨੂੰ ਕਹਿੰਦੇ ਨੇ 131ਵੀਂ ਹੈ 1 ਜਨਵਰੀ 1890 ਨੂੰ ਸ਼ੁਰੂ ਹੋਈ ਸੀ ਇਹ ਅਤੇ ਇਹਦੇ 'ਚ ਲਗਭਗ 130-135 ਮੁਲਕਾਂ ਦੇ ਲੋਕ ਸ਼ਾਮਿਲ ਹੁੰਦੇ ਨੇ 170-175 ਮੁਲਕਾਂ ਦੇ ਵਿੱਚ ਇਹ ਪਰੇਡ ਲਾਈਵ ਦੇਖੀ ਜਾਂਦੀ ਆ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਇਹਦੇ 'ਚ ਸਾਡਾ ਸਿੱਖ ਫਲੋਟ ਜਿਹੜਾ ਪਿਛਲੇ 6 ਸਾਲ ਪਹਿਲਾਂ ਸ਼ਾਮਿਲ ਹੋਇਆ ਸੀ ਅਤੇ ਐਤਕੀ ਵੀ ਭਾਈ ਘਨੱਈਆ ਜੀ ਦੀ ਜਿਹੜਾ ਥੀਮ ਹੈ ਉਹਦੇ ਨਾਲ ਫਲੋਟ ਜਾਏਗਾ ਔਰ ਸਭ ਤੋਂ ਵੱਡੀ ਮਾਣ ਵਾਲੀ ਗੱਲ ਉਸ ਤੋਂ ਵੀ ਉੱਪਰ ਸਾਡੇ ਵਾਸਤੇ ਇਹ ਹੈ ਜਸ ਪੰਜਾਬੀ ਵਾਸਤੇ ਕਿ ਉੱਥੇ ਏਸ਼ੀਅਨ ਮੀਡੀਆ ਸਿਰਫ ਅਤੇ ਸਿਰਫ ਜਸ ਪੰਜਾਬੀ ਹੁੰਦਾ ਬਾਕੀ ਸਾਰੇ ਇੱਥੋਂ ਅਮੈਰੀਕਨ ਮੀਡੀਆ ਹੁੰਦੇ ਨੇ ਪੰਜਾਬੀ ਮੀਡੀਆ ਜਾਂ ਹਿੰਦੀ ਮੀਡੀਆ ਤਾਂ ਹੋਰ ਸਿਰਫ ਜਸ ਪੰਜਾਬੀ ਹੁੰਦਾ ਸੋ ਉਹਨਾਂ ਦਾ ਜਿਹੜਾ ਥੀਮ ਹੈ ਮੈਨੂੰ ਤੁਹਾਡੀ ਹੋਪ ਦੀ ਗੱਲ ਤੋਂ ਯਾਦ ਆਈ ਵੀ ਉਹਨਾਂ ਦਾ ਥੀਮ ਹੈਗਾ ਦਾ ਪਾਵਰ ਆਫ ਹੋਪ ਉਮੀਦ ਦੀ ਸ਼ਕਤੀ ਜਾਂ ਫਿਰ ਜਿਹੜਾ ਆਪਾਂ ਪੰਜਾਬੀ ਸਿੱਖ ਫਲੋਟ ਦਾ ਉਹਨਾਂ ਨੇ ਥੀਮ ਰੱਖਿਆ ਹੈਗਾ ਪਲਾਂਟਿੰਗ ਸੀਡਸ ਆਫ ਹੋਪ
ਉਮੀਦਾਂ ਦੇ ਬੀਜ ਬੀਜੀਏ। ਬਹੁਤ ਵਧੀਆ ਲੱਗਦਾ। ਸੋ ਕੱਲ੍ਹ ਨੂੰ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਹੜੇ ਘਰਾਂ 'ਚ ਬੈਠੇ ਨੇ ਉਹ ਸਵੇਰੇ 8 ਵਜੇ ਪੈਸੀਫਿਕ ਟਾਈਮ ਜਿਹੜਾ ਅਤੇ 11 ਵਜੇ ਈਸਟਰਨ ਟਾਈਮ ਹੈ ਉਹ ਲਾਈਵ ਜਸ ਪੰਜਾਬੀ 'ਤੇ ਦੇਖਿਓ। ਪੂਰੀ ਦੁਨੀਆ ਦੀ ਇੱਕੋ ਇੱਕ ਪਰੇਡ ਆ ਜਿਹੜੀ ਪੂਰੀ ਦੁਨੀਆ ਦੇਖੀ ਜਾਂਦੀ ਹੈ। ਸਾਡੀ ਸਿੱਖਾਂ ਦੀ ਪਛਾਣ ਦੀ ਗੱਲ ਕਰੀਏ ਤਾਂ ਇਦੂ ਵੱਡੇ ਪਲੇਟਫਾਰਮ ਕੋਈ ਨਹੀਂ ਹੋ ਸਕਦੇ ਜੇ ਜਿੱਡਾ ਵੱਡਾ ਇਹ ਪਲੇਟਫਾਰਮ। ਹਾਂਜੀ ਸਿਮਰ ਜੀ, ਮੈਂ ਥੋੜ੍ਹਾ ਪ੍ਰਵਚਨ ਜ਼ਿਆਦਾ ਹੋ ਮੈਂ ਕਹਿ ਸਕਦੀ ਹਾਂ ਕਿ ਨਵੇਂ ਸਾਲ 'ਤੇ ਜਿਹੜੇ ਡਿਫਰੈਂਟ ਡਿਫਰੈਂਟ ਫਲਾਵਰਸ ਹੋਣਗੇ ਉਹਨਾਂ ਦੀ ਖੁਸ਼ਬੂ ਨੂੰ ਵੀ ਆਪਾਂ ਮਾਣੀਏ ਬੈਠ ਕੇ, ਹੈ ਨਾ, ਜਸ ਪੰਜਾਬੀ 'ਤੇ। ਅਤੇ ਐਸੇ ਬਿਲਕੁਲ ਜੀ, ਇੱਥੇ ਰੋਜ਼ ਪਰੇਡ ਹੈ, ਰੋਜ਼ ਪਰੇਡ ਹੈ ਸਿਮਰ ਜੀ। ਅਤੇ ਪਹਿਲਾਂ ਨਵਾਂ ਸਾਲ ਫੁੱਲਾਂ ਵਿੱਚ ਸ਼ੁਰੂ ਕਰਦੇ ਨੇ ਅਮਰੀਕਾ ਦੇ ਲੋਕ, ਅਤੇ ਸਾਰਾ ਸਾਲ ਫੁੱਲਾਂ ਵਾਂਗੂ ਖਿੜੇ ਰਹਿੰਦੇ ਨੇ। ਇੱਕ ਅੱਧੀ ਕਾਲ ਮੈਂ ਵੀ ਲੈ ਲਾਂ ਜੀ। ਬਿਲਕੁਲ ਬਿਲਕੁਲ। ਹੈਲੋ ਜੱਗੀ ਜੀ, ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਧਿਆਨ ਜਿਹੜਾ ਟੀਵੀ ਵੱਲ ਹਟਾ ਕੇ ਇੱਧਰ ਕਰੋ ਜੀ, ਫੋਨ ਵੱਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪੈਰੀ ਪੈਣਾ ਜੀ, ਨਵਾਂ ਸਾਲ ਕਿੱਦਾਂ, ਕੀ ਕਹਿੰਦਾ? ਹਾਂਜੀ, ਬਹੁਤ ਵਧੀਆ, ਬਹੁਤ ਵਧੀਆ ਨਵਾਂ ਸਾਲ। ਵਧੀਆ। ਹਾਂਜੀ ਹਾਂਜੀ, ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ, ਬਹੁਤ ਬਹੁਤ ਵਧਾਈਆਂ। ਪਿੰਨੀਆਂ ਪੁੰਨੀਆਂ ਬਣਾਈਆਂ ਕਿ ਨਹੀਂ ਜੀ? ਅਸੀਂ ਮੈਂ ਤੁਹਾਡੀ ਵੇਟ ਕਰਦੀ ਸੀ। ਠੀਕ ਹੈ ਜੀ, ਮਿਹਰਬਾਨੀ ਮਿਹਰਬਾਨੀ, ਬਹੁਤ ਮਿਹਰਬਾਨੀ। ਪ੍ਰੋਗਰਾਮ ਜਿਹੜਾ ਸਾਡੇ ਦਰਸ਼ਕਾਂ ਦਾ ਸੀ ਸਿਮਰ ਜੀ, ਪ੍ਰੋਗਰਾਮ ਜਿਹੜੇ ਦਿਲ ਕੀ ਓਪਨ ਸਟੇਜ ਦੀ ਗੱਲ ਕਰੀਏ ਤਾਂ ਕਦੋਂ ਸ਼ੁਰੂ ਹੋਇਆ ਸੀ ਇਹ? ਦਿਲ ਕੀ ਓਪਨ ਸਟੇਜ ਹੁਣੇ 20 ਦਸੰਬਰ ਨੂੰ ਆਪਣੀ ਐਨੀਵਰਸਰੀ ਮਨਾ ਕੇ ਹਟਿਆ ਹੈ ਜੀ, ਅਤੇ 1 ਸਾਲ ਹੋ ਗਿਆ ਦਿਲ ਕੀ ਓਪਨ ਸਟੇਜ ਨੂੰ। ਮੈਂ ਲੋਕਾਂ ਦੀਆਂ ਦਿਲਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ, ਕੋਸ਼ਿਸ਼ ਕਰਦੀ ਰਹਿੰਦੀ ਹਾਂ ਕਿ ਕੋਈ ਆਪਣੇ ਦਿਲ ਦੀ ਗੱਲ ਕਰੇ ਅਤੇ ਆਪਾਂ ਉਸ ਗੱਲ ਨੂੰ ਅੱਗੇ ਵਧਾਈਏ ਅਤੇ ਦਿਲਾਂ ਦੀਆਂ ਗੱਲਾਂ ਨੂੰ ਹੀ ਹੋਰ ਚਾਰ ਚੁਫੇਰੇ ਫੈਲਾਈਏ, ਕਿਉਂਕਿ ਹੋਰ ਗੱਲਾਂ ਜਿਹੜੇ ਪੋਲੀਟਿਕਸ ਦੀਆਂ ਹੁੰਦੀਆਂ ਨੇ ਜਾਂ ਫਿਰ ਕਹਿ ਲਓ ਕਿ ਰੋਜ਼ਮਰਾ ਦੀਆਂ ਜਿਹੜੀਆਂ ਸਾਡੀ ਹੋਰ ਗੱਲਾਂ ਹੁੰਦੀਆਂ ਨੇ ਉਹ ਜ਼ਿਆਦਾ ਆਪਣੀ ਥਾਂ ਲੈ ਲੈਂਦੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ। ਜਿਹੜੀ ਦਿਲ ਦੀ ਗੱਲ ਹੁੰਦੀ ਹੈ ਉਹ ਛੋਟੇ ਜਿਹੇ ਦਿਲ 'ਚ ਆਪਣੀ ਛੋਟੀ ਜਿਹੀ ਥਾਂ ਬਣਾ ਕੇ ਇੱਕ ਚੁੱਪ ਕਰਕੇ ਬੈਠ ਜਾਂਦੀ ਹੈ। ਫਿਰ ਮੈਂ ਸੋਚਿਆ ਕਿ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਦਿਲਾਂ ਦੀਆਂ ਹੈਗੀਆਂ ਨੇ ਉਹਨਾਂ ਤੋਂ ਥੋੜ੍ਹੀਆਂ ਜਿਹੀਆਂ ਪਰਤਾਂ ਹਟਾਈਆਂ ਜਾਣ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਫਰੋਲ ਕੇ ਦੇਖਿਆ ਜਾਏ ਅਤੇ ਕਿ ਕਿਤਨੀ ਕੁ ਜ਼ਿੰਦਗੀ ਅਭੀ ਪੁਰਾਣੇ ਪੰਨੋ ਮੇਂ ਬਾਕੀ ਹੈ। ਹਾਂ, ਵਾਹ ਜੀ ਵਾਹ, ਵਾਹ ਜੀ ਵਾਹ। ਇਹ ਬਹੁਤ ਵਧੀਆ ਸਿਲੈਕਸ਼ਨ ਹੁੰਦੀ ਤੁਹਾਡੀ ਗੀਤਾਂ ਦੀ, ਦਿਲ ਕੀ ਓਪਨ ਸਟੇਜ ਦੇ ਵਿੱਚ ਮੈਂ ਦੇਖਿਆ ਬਹੁਤ ਪਸੰਦ ਕਰਦੇ ਨੇ ਇੱਥੇ ਪੰਜਾਬੀ ਅਮਰੀਕਾ ਦੇ ਵਿੱਚ, ਔਰ ਕਹਿੰਦੇ ਨੇ ਵੀ ਉਹ ਪੁੱਛਦੇ ਨੇ ਵੀ ਕਦੋਂ ਆਉਣਗੇ ਇੱਥੇ। ਮੈਂ ਕਿਹਾ ਜੀ ਜ਼ਰੂਰ ਲੈ ਕੇ ਆਵਾਂਗੇ, ਫਿਰ ਆਪਾਂ ਇੱਥੋਂ ਇਕੱਠੇ ਪ੍ਰੋਗਰਾਮ ਕਰਿਆ ਕਰਾਂਗੇ। ਦੇਖੋ ਜਸ ਪੰਜਾਬੀ 'ਤੇ ਤਾਂ ਆ ਹੀ ਗਏ ਹਾਂ ਤਾਂ ਫਿਰ ਜਸ ਪੰਜਾਬੀ ਜਿੱਥੇ ਹੈਗਾ ਉੱਥੇ ਵੀ ਆ ਜਾਵਾਂਗੇ, ਕਿਉਂ? ਅੱਛਾ, ਜਸ ਪੰਜਾਬੀ ਦੀ ਸਿਮਰ ਜੀ ਗੱਲ ਕਰੀਏ, ਮੈਂ ਥੋੜ੍ਹਾ ਜਿਹਾ ਪਹਿਲਾਂ ਇਹ ਜੁਆਇਨ ਕਰਿਆ ਸੀ, ਤੁਸੀਂ ਥੋੜ੍ਹਾ ਜਿਹਾ ਬਿਲਕੁਲ, ਪਰ ਜਸ ਪੰਜਾਬੀ ਦਾ ਕੀ ਤਜਰਬਾ ਰਿਹਾ ਤੁਹਾਡਾ? ਜਸ ਪੰਜਾਬੀ ਦਾ ਸਾਡਾ ਸਾਰਾ ਸਟਾਫ ਆਪਣਾ, ਹੁਣ ਤਾਂ ਆਪਣਾ ਕਹਿ ਸਕਦੇ ਹਾਂ, ਸਾਰਾ ਸਟਾਫ, ਮੈਡਮ ਪੈਨੀ, ਸੰਧੂ ਜੀ, ਇਹ ਕੀ ਤਜਰਬਾ ਰਿਹਾ? ਦੇਖੋ ਜੇ ਮੈਂ ਬਹੁਤ ਛੋਟੇ ਜਿਹੇ ਸ਼ਬਦਾਂ 'ਚ ਕਹਿਣਾ ਚਾਹਾਂ ਤਾਂ ਉਹ ਮੈਨੂੰ ਬਹੁਤ ਮੁਸ਼ਕਲ ਹੋਏਗੀ, ਉਂਝ ਮੈਂ ਬਹੁਤ ਸਾਰੀ ਗੱਲਾਂ ਕਰ ਲੈਂਦੀ ਹਾਂ। ਜਦੋਂ ਟਰੂ ਗੱਲ ਕਰਨੀ ਹੁੰਦੀ ਹੈ ਫਿਰ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਲਫ਼ਜ਼ ਬਹੁਤ ਥੋੜ੍ਹੇ ਨੇ, ਕਿਉਂਕਿ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਲਫ਼ਜ਼ਾਂ ਦੀ ਨਹੀਂ ਹੁੰਦੀਆਂ, ਉਹ ਸਿਰਫ਼ ਅਤੇ ਸਿਰਫ ਫੀਲਿੰਗਸ ਹੁੰਦੀਆਂ ਨੇ, ਅਤੇ ਉਹ ਫੀਲਿੰਗ ਹੀ ਹੈਗੀ ਹੈ ਜਿਹੜੀ ਅੱਗੇ ਵੱਧ ਰਹੀ ਹੈ, ਤਾਂ ਹੀ ਉਹ ਦਿਲ ਕੀ ਓਪਨ ਸਟੇਜ ਵੀ ਆਇਆ ਹੈਗਾ। ਅਤੇ ਮੈਨੂੰ ਇਸ ਤਰ੍ਹਾਂ ਕਦੇ ਵੀ ਨਹੀਂ ਲੱਗਦਾ ਕਿ ਮੈਂ ਇੱਥੇ ਕੰਮ ਕਰਦੀ ਹਾਂ, ਮੈਨੂੰ ਇਸ ਤਰ੍ਹਾਂ ਹਮੇਸ਼ਾ ਲੱਗਦਾ ਹੈ ਕਿ ਦਿਸ ਇਜ਼ ਮਾਈ ਫੈਮਿਲੀ, ਐਵਰੀ ਪਰਸਨ ਆਫ ਦਿਸ ਆਫਿਸ ਇਜ਼ ਮਾਈ ਫੈਮਿਲੀ, ਅਤੇ ਜਿਹੜੇ ਸਾਡੇ ਵਿਊਅਰਸ ਨੇ ਉਹ ਵੀ ਸਾਡੀ ਫੈਮਿਲੀ ਦਾ ਹਿੱਸਾ ਨੇ ਅਤੇ ਪਰਿਵਾਰ ਹੈ। ਅਤੇ ਆਪ ਸਮਝ ਸਕਦੇ ਹੋ ਆਪ ਜੀ ਕਿ ਪਰਿਵਾਰ ਜਦੋਂ ਹੁੰਦਾ ਹੈ ਅਤੇ ਕਿੰਨਾ ਨਿੱਘ ਹੁੰਦਾ ਹੈ, ਕਿੰਨਾ ਕਲੋਜ਼ਨੈਸ ਹੁੰਦੀ ਹੈ, ਅਤੇ ਹਰ ਵੇਲੇ ਇਸ ਤਰ੍ਹਾਂ ਲੱਗਦਾ ਹੈ ਹੋਰ ਕੀ ਕਰਨਾ ਹੈਗਾ, ਹੋਰ ਕਿਸ ਤਰ੍ਹਾਂ ਕਰ ਸਕਦੇ ਹਾਂ। ਹਰ ਵੇਲੇ ਜਿਹੜੇ ਜਸ ਪੰਜਾਬੀ ਦੇ ਵਿਊਅਰਸ ਨੇ ਉਹ ਕੀ ਚਾਹੁੰਦੇ ਨੇ, ਉਹਨੂੰ ਉਸ ਗੱਲ ਨੂੰ ਸਮਝਣ ਲਈ, ਉਸ ਗੱਲ ਨੂੰ ਪੂਰਾ ਕਰਨ ਲਈ, ਉਸ ਸਕਰੀਨ ਨੂੰ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਨੇ ਜਸ ਪੰਜਾਬੀ ਦੀ, ਉਹਦੇ ਲਈ ਥੋੜ੍ਹਾ ਜਿਹਾ ਮੈਂ ਦੇਖਦੀ ਰਹਿੰਦੀ ਹਾਂ ਅਤੇ ਰਸਤੇ ਲੱਭਦੀ ਰਹਿੰਦੀ ਹਾਂ ਕਿ ਹੋਰ ਕੀ ਆਪਾਂ ਕਰ ਸਕਦੇ ਹਾਂ। ਜਿਵੇਂ ਮੈਨੂੰ ਪਤਾ ਹੈ ਜੱਗੀ ਜੀ, ਆਪ ਜੀ ਦੱਸੋ ਕਬੱਡੀ ਬਾਰੇ, ਜਿਹੜਾ ਹੁਣ ਆਪਾਂ ਪੂਰੇ ਸਾਲ ਸਾਡੇ ਨਾਲ ਰਹੇ। ਨਹੀਂ ਨਹੀਂ, ਮੈਂ ਜਿਹੜੀ ਗੱਲ
ਮੈਂ ਕਹਿਣ ਲੱਗਿਆ ਸੀ ਗੱਲ ਅਸੀਂ ਜਸ ਪੰਜਾਬੀ ਦੀ, ਆਪਾਂ ਇੰਟਰਟੇਨਮੈਂਟ ਵਾਲੇ ਪਾਸੇ ਵੀ ਜਾਣਾ ਕਿ ਜਸ ਪੰਜਾਬੀ ਦਾ 2020 ਦਾ ਜਿਹੜਾ ਟਾਰਗੇਟ ਰਹੇਗਾ, ਜਸ ਟੀਵੀ ਦਾ ਅਸੀਂ ਕਹਿੰਦੇ ਹੁੰਦੇ ਹਾਂ, ਜਸ ਟੀਵੀ ਹੁਣ ਤਾਂ ਹੋ ਗਿਆ, ਜਸ ਟੀਵੀ ਦੇ ਵਿੱਚ ਅਸੀਂ 2020 ਅਮਰੀਕਾ ਦੀ ਅਗਰ ਅਸੀਂ ਗੱਲ ਕਰੀਏ ਤਾਂ 2020 ਦੇ ਵਿੱਚ ਜਸ ਹਿੰਦੀ ਨੂੰ ਅਸੀਂ ਬਹੁਤ ਵੱਡੇ ਪੱਧਰ 'ਤੇ ਮਾਰਕੀਟ ਦੇ ਵਿੱਚ ਲੈ ਕੇ ਜਾਵਾਂਗੇ। ਲੋਕ ਜਿਹੜੇ ਕਮਿਊਨਿਟੀ ਹੈਗੀ ਆ ਸਾਊਥ ਦੀ, ਜਾਂ ਕਹਿ ਲਓ ਮੰਦਰ ਨੇ, ਜਾਂ ਜਿਹੜੇ ਹੋਰ ਕੁਛ ਵੀ ਐਕਟੀਵਿਟੀ ਹੈਗੀ, ਉਹ ਜਸ ਹਿੰਦੀ 'ਤੇ ਅਸੀਂ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਜਸ ਪੰਜਾਬੀ ਦੀ ਜੇ ਗੱਲ ਕਰੀਏ, ਜਸ ਪੰਜਾਬੀ ਨੂੰ ਬਹੁਤ ਲੋਕ ਪਿਆਰ ਕਰਦੇ ਨੇ, ਅਮਰੀਕਾ ਦਾ ਪਹਿਲਾ ਚੈਨਲ ਹੈ, ਔਰ ਜਸ ਪੰਜਾਬੀ ਦੀ ਰੇਟਿੰਗ ਜਿਹੜੀ ਹੈਗੀ ਆ ਉਹ ਸਾਰੇ ਪੰਜਾਬੀ ਚੈਨਲਾਂ ਨਾਲੋਂ ਵਧੀਆ ਹੈਗੀ ਆ। ਜਸ ਪੰਜਾਬੀ ਦੇ ਵਿੱਚ ਅਸੀਂ 2020 ਦੇ ਵਿੱਚ ਇੱਕ ਤੱਕ ਬਾਕੀ ਸਾਰਾ ਕੁਛ ਦੇ ਵਿੱਚ ਵਿਚਰ ਰਹੇ ਹਾਂ, ਜਾ ਕੇ ਪ੍ਰੋਗਰਾਮ ਕਰ ਰਹੇ ਹਾਂ, ਬਿਜ਼ਨਸ 'ਤੇ ਜਾ ਰਹੇ ਹਾਂ, ਈਵੈਂਟਸ ਕਰ ਰਹੇ ਹਾਂ, ਅਤੇ ਪਰ 2020 ਦੇ ਵਿੱਚ ਜਿਹੜੀ ਅਸੀਂ 2019 ਦੇ ਵਿੱਚ ਸ਼ੁਰੂ ਕੀਤਾ ਸੀ ਕੰਮ ਕਬੱਡੀਆਂ ਦਾ, ਕਬੱਡੀਆਂ ਨੂੰ ਅਸੀਂ ਬਹੁਤ ਵੱਡੇ ਪੱਧਰ 'ਤੇ ਪੂਰੀ ਦੁਨੀਆ ਵਿੱਚ ਬੈਠੇ ਲੋਕਾਂ ਦੇ ਘਰ ਘਰ ਤੱਕ ਪਹੁੰਚਾਵਾਂਗੇ। ਅਤੇ ਸਿਮਰ ਜੀ ਗੱਲ ਕਰੀਏ ਐਂਟਰਟੇਨਮੈਂਟ ਦੀ, ਪਿਛਲੇ ਸਾਲ ਫਿਲਮਾਂ ਦਾ ਕੀ ਮਾਹੌਲ ਰਿਹਾ ਪੰਜਾਬੀ ਫਿਲਮਾਂ ਦਾ? ਪੰਜਾਬੀ ਫਿਲਮਾਂ ਮੈਨੂੰ ਲੱਗਦਾ ਹੈ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਉਹ ਪੰਜਾਬੀ ਫਿਲਮਾਂ ਨੇ ਬੜੀ ਉੱਚੀ ਉਡਾਨ ਜਿਹੜੀ ਹੈ ਭਰੀ ਹੈਗੀ ਹੈ। ਅਤੇ ਪੰਜਾਬੀ ਫਿਲਮਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬੀ ਗਾਣੇ ਜਿਹੜੇ ਫਿਲਮਾਂ ਦੇ ਹੈਗੇ ਨੇ ਉਹਨਾਂ ਨੇ ਲੋਕਾਂ ਦੇ ਦਿਲਾਂ 'ਤੇ ਆਪਣੀ ਥਾਂ ਜ਼ਰੂਰ ਬਣਾਈ ਹੈਗੀ ਹੈ। ਅਤੇ ਹਰ ਵੇਲੇ ਉਹ ਕਿਤੇ ਵੀ ਜਾਈਏ, ਰੇਡੀਓ 'ਚ ਹੋਏ ਜਾਂ ਕੋਈ ਟੀਵੀ ਹੋਏ ਜਾਂ ਤੁਸੀਂ ਯੂਟਿਊਬ ਦੇਖ ਲਓ ਜਾਂ ਤੁਸੀਂ ਕਿਤੇ ਵੀ ਦੇਖ ਲਓ, ਕੋਈ ਨਾ ਕੋਈ ਗਾਣਾ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਹਰ ਵੇਲੇ ਤੁਹਾਨੂੰ ਸੁਣਾਈ ਦੇ ਜਾਂਦਾ, ਕਿਤੇ ਨਾ ਕਿਤੇ ਕੋਈ ਕਿਸੇ ਦੀ ਜ਼ੁਬਾਨ 'ਤੇ ਆਇਆ ਹੁੰਦਾ ਹੈ। ਅਤੇ ਉਹਦੇ 'ਚ ਇੱਕ ਸੌਂਗ ਜਿਹੜਾ ਲੌਂਗ ਇਲਾਇਚੀ ਹੈ ਨਾ, ਅਤੇ ਲੌਂਗ ਇਲਾਇਚੀ ਦਾ ਸਾਥ ਤਾਂ ਵੈਸੇ ਵੀ ਹਮੇਸ਼ਾ ਲੌਂਗ ਮੰਨਿਆ ਗਿਆ ਹੈ, ਤਾਂ ਉਹਦਾ ਤਾਂ ਸਵਾਦ ਹੀ ਵੱਖਰਾ ਹੁੰਦਾ, ਤਾਂ ਫਿਰ ਉਸ ਗਾਣੇ ਦਾ ਸਵਾਦ ਵੀ ਹਮੇਸ਼ਾ ਹੀ ਵੱਖਰਾ ਰਿਹਾ। ਕਿਉਂ ਜੱਗੀ ਜੀ? ਨਹੀਂ ਮੈਂ ਤਾਂ ਇਹ ਕਹਿੰਦਾ ਸਿਮਰ ਜੀ, ਲੌਂਗ ਇਲਾਇਚੀਆਂ ਲੋਕ ਚਾਹ 'ਚ ਪਾਉਣੋਂ ਹਟ ਗਏ ਅੱਜ ਕੱਲ੍ਹ, ਲੇਕਿਨ ਗਾਣਾ ਜਦੋਂ ਫਿਲਮ ਆਈ ਹੈ ਲੌਂਗ ਇਲਾਇਚੀ ਤਾਂ ਉਹਨੂੰ ਲੱਗਦਾ ਸੀ ਬੜਾ ਅਜੀਬ ਜਿਹਾ ਟਾਈਟਲ ਹੈਗਾ, ਪਰ ਫਿਲਮ ਵੀ ਸੁਪਰ ਡੁਪਰ ਹਿੱਟ ਰਹੀ, ਅਤੇ ਨਾਲ ਦੀ ਨਾਲ ਗਾਣਾ ਤਾਂ ਮੈਂ ਕਹਿੰਦਾ ਜੀ ਇੱਕ ਪਹਿਲਾ ਪੰਜਾਬੀ ਗਾਣਾ ਜਿਹੜਾ ਬਿਲੀਅਨ ਤੋਂ ਉੱਪਰ ਟੱਪਿਆ, ਇਹਦੇ ਵਿਊ ਬਿਲੀਅਨ ਤੋਂ ਉੱਪਰ ਟੱਪੇ ਨੇ, ਅਤੇ ਬਹੁਤ ਵਧੀਆ ਇਹ ਗਾਇਆ ਹੈਗਾ, ਕੁੜੀ ਨੇ ਬਹੁਤ ਸੋਹਣਾ ਉਹਨਾਂ ਨੇ ਨਿਭਾਇਆ ਹੈਗਾ, ਸਾ ਮਿਊਜ਼ਿਕ ਗੁਰਮੀਤ ਸਿੰਘ ਨੇ ਬਹੁਤ ਵਧੀਆ ਇਹਦਾ ਦਿੱਤਾ ਹੈਗਾ। ਸੋ ਮੈਂ ਹੁਣ ਦੁਬਾਰਾ ਚਾਹ ਦੇ ਵਿੱਚ ਵੀ ਲੌਂਗ ਇਲਾਇਚੀਆਂ ਪੈਣੀਆਂ ਸ਼ੁਰੂ ਹੋ ਗਈਆਂ, ਅਤੇ ਗਾਣੇ ਦੇ ਵਿੱਚ ਤਾਂ ਹੈਗੀਆਂ ਹੀ ਹੈਗੀਆਂ, ਅਤੇ ਗੀਤ ਸਾਂਝਾ ਕਰਦੇ ਹਾਂ। ਵੈਸੇ ਕਹਿੰਦੇ ਵੀ ਪੰਜਾਬੀ ਫਿਲਮਾਂ ਦਾ ਸੁਨਹਿਰੀ ਦੌਰ ਚੱਲ ਰਿਹਾ, ਸੁਨਹਿਰੀ ਦੌਰ ਹੀ ਰਹੇ ਚੰਗੀ ਗੱਲ ਹੈ, ਕਿਤੇ ਦੌਰਾ ਨਾ ਪੈ ਜਾਵੇ, ਕਿਉਂਕਿ ਜਿਹੜਾ ਕੰਮ ਪੰਜਾਬੀ ਕਰਦੇ ਨੇ ਜਿਹੜੇ ਮਗਰ ਪੈਂਦੇ ਨੇ ਫਿਰ ਉਹਦੇ ਮਗਰ ਹੀ ਪੈ ਜਾਂਦੇ ਨੇ। ਅਤੇ ਲੌਂਗ ਇਲਾਇਚੀ ਵਾਲਾ ਇਹ ਜਿਹੜਾ ਸੌਂਗ ਐਵਰ ਹਿੱਟ 2019 ਦੇ ਵਿੱਚ ਇੱਕਦਮ ਹਿੱਟ ਰਿਹਾ, ਅਤੇ ਮੈਨੂੰ ਲੱਗਦਾ ਹੈ ਕਿ ਲੌਂਗ ਇਲਾਇਚੀ ਨੇ ਤੁਹਾਨੂੰ ਇੱਕ ਚਾਹ ਦੀ ਤਲਬ ਵੀ ਲਗਾ ਦਿੱਤੀ ਹੋਣੀ ਹੈ। ਤਾਂ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ, ਤੁਸੀਂ ਲੌਂਗ ਇਲਾਇਚੀ ਪਾ ਕੇ ਚਾਹ ਬਣਾ ਲਓ, ਮੇਰੇ ਲਈ ਵੀ ਬਣਾ ਲਓ। ਨਵੇਂ ਸਾਲ ਵਿੱਚ ਹੋਰ ਨਵਾਂ ਕੀ ਹੋਣਾ ਹੈ, ਪਹਿਲਾਂ ਵਾਂਗੂ ਹੀ ਰਹਿਣਾ, ਰੋਣਾ, ਧੋਣਾ ਹੈ, ਪਹਿਲਾਂ ਹੀ ਵਾਂਗੂ ਲੀਡਰਾਂ ਲੋਕਾਂ ਨੂੰ ਲੁੱਟਣਾ ਹੈ, ਪਹਿਲਾਂ ਵਾਂਗੂ ਤਕੜੇ ਨੇ ਮਾੜੇ ਦਾ ਗਲਾ ਦਬਾਉਣਾ ਹੈ। ਬ੍ਰੇਕ ਤੋਂ ਬਾਅਦ ਬਹੁਤ ਬਹੁਤ ਸਵਾਗਤ ਹੈ ਜੀ, ਤੁਹਾਡੀਆਂ ਕਾਲਾਂ ਸਿਲਸਿਲਾ ਵੀ ਸ਼ੁਰੂ ਕਰਾਂਗੇ। ਸਿਮਰ ਜੀ, ਨਿਊਯਾਰਕ ਦੇ ਵਿੱਚ ਬਹੁਤ ਜ਼ਬਰਦਸਤ ਹੁੰਦਾ, ਉਹ ਵੀ ਸਾਡੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ, ਔਰ ਨਿਊਯਾਰਕ ਦੀ ਜਿਹੜੀ ਆਡੀਅੰਸ ਹੈ ਉਹਨਾਂ ਦੇ ਨਾਲ ਅਸੀਂ ਨਵਾਂ ਸਾਲ ਟੀਵੀ 'ਤੇ ਚੜ੍ਹਾਵਾਂਗੇ, ਅਤੇ ਬਾਕੀ ਜਿਹੜੀ ਕੈਲੀਫੋਰਨੀਆ ਵਾਲੀਆਂ ਉਹਨਾਂ 'ਚ ਮੈਂ ਕੈਲੀਫੋਰਨੀਆ 'ਚ ਬੈਠਾ ਹੀ ਹਾਂ, ਅਤੇ ਇੱਥੇ ਆਪਾਂ ਚੜ੍ਹਾਵਾਂਗੇ। ਹਾਂਜੀ ਸਿਮਰ ਜੀ, ਕਿਵੇਂ ਰਿਹਾ ਨਵਾਂ ਸਾਲ ਇੱਥੇ ਤੁਹਾਡੇ? ਨਵਾਂ ਸਾਲ ਜਿਹੜਾ ਹੈਗਾ, ਮੈਂ ਤਾਂ ਇਹ ਕਹਿੰਦੀ ਹਾਂ ਕਿ ਜਿਹੜੇ ਕੰਮ ਰਹਿ ਗਏ ਨੇ ਉਹ ਦੁੱਗਣੀ ਸਪੀਡ ਨਾਲ ਚੱਲਣ ਅਤੇ ਪੂਰੇ ਹੋ ਜਾਣ, ਅਤੇ ਜਿਹੜੀਆਂ ਕਹਿੰਦੇ ਨੇ ਗਿਲੇ ਸ਼ਿਕਵੇ ਨੇ ਉਹ ਅੱਜ ਇੱਥੇ ਹੀ, ਨਵੇਂ ਸਾਲ ਤੋਂ ਪਹਿਲਾਂ ਜਿਹੜੇ 10-12 ਮਿੰਟ 15 ਮਿੰਟ ਰਹਿ ਗਏ ਨੇ ਉਹਨਾਂ ਤੋਂ ਉੱਥੇ ਹੀ ਛੱਡ ਜਾਈਏ, ਅਤੇ ਨਵੇਂ ਸਾਲ ਨਵੀਂ ਉਮੀਦ, ਨਵੇਂ ਕੰਮ, ਨਵੇਂ ਰਸਤੇ, ਅਤੇ ਨਾਲ ਨਵੇਂ ਨਵੇਂ ਦੋਸਤ ਵੀ ਬਣਾ ਕੇ ਚੱਲੀਏ। ਕਿਉਂ? ਚਲੋ ਜੀ, ਸਿਮਰ ਜੀ, ਦਵਿੰਦਰ ਹੋਠੀ ਜੁੜੇ ਨੇ ਸਾਡੇ ਨਾਲ ਫੋਨ ਲਾਈਨ 'ਤੇ, ਜਲਵੇ ਜੱਗੀ ਦੇ ਪਰਮਾਨੈਂਟ ਇਹ ਸਾਡੇ ਗਾਹਕ ਨੇ, ਗਾਹਕ ਕਹਿ ਲਓ ਵੀ, ਇਹ ਵੀਰਵਾਰ ਦੀ ਵੀਰਵਾਰ ਬੜੀ ਵਿਅੰਗਮਈ ਕਵਿਤਾ ਹੁੰਦੀ ਇਹਨਾਂ ਦੀ, ਦਵਿੰਦਰ ਹੋਠੀ ਦੀ, ਅਤੇ ਦਵਿੰਦਰ ਹੋਠੀ ਫੋਨ ਲਾਈਨ 'ਤੇ, ਉਹਨਾਂ ਦੀ ਅੱਜ ਕੀ ਨਵੇਂ ਸਾਲ ਦੀ ਛੋਟੀ ਜਿਹੀ ਕਵਿਤਾ ਉਹ ਜ਼ਰੂਰ ਸੁਣਾਂਗੇ। ਹੋਠੀ ਸਾਹਿਬ ਸਵਾਗਤ ਹੈ। ਹਾਂਜੀ, ਥੈਂਕ ਯੂ ਭਾਜੀ। ਕਿਵੇਂ ਚੱਲ ਰਿਹਾ ਨਵਾਂ ਸਾਲ ਫਿਰ? ਲਾ ਲਈ ਪੌੜੀ ਪੂੜੀ ਭਾਜੀ? ਨਵਾਂ ਸਾਲ ਜਿੱਦਾਂ ਕਹਿੰਦੇ ਭਾਈ, ਕਹਿੰਦੀ ਬਬਲੀ, ਕਹਿੰਦਾ ਬੰਟੀ, ਕਹਿੰਦਾ ਅੰਕਲ, ਤੇ ਕਹਿੰਦੀ ਆਂਟੀ, ਹੈਲੋ 2020। ਸਭ ਤੋਂ ਪਹਿਲਾਂ ਭਾਜੀ ਤੁਹਾਨੂੰ, ਮੈਡਮ ਸਿਮਰਜੋਤ ਨੂੰ, ਤੇ ਜਸ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਵੈਰੀ ਵੈਰੀ ਹੈਪੀ ਨਿਊ ਈਅਰ। ਪਰਮਾਤਮਾ ਕਰੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਜਿਹੜੇ, ਵੈਰੀ ਵੈਰੀ। ਤੇ ਹਾਂਜੀ, ਤੇ ਬਾਕੀ ਜਿੱਦਾਂ ਨਵਾਂ ਸਾਲ ਤਾਂ ਆਇਆ ਨਾ, ਪੁਰਾਣੇ ਸਾਲ ਦੀਆਂ ਜਿਹੜੀਆਂ ਕੁਛ ਮਿੱਠੀਆਂ ਯਾਦਾਂ, ਜਿੱਦਾਂ ਕਿ ਕੈਪਟਨ ਦੇ ਸਮਾਰਟਫੋਨ, ਨੀਲੇ ਦਾ ਚੱਪਣ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਬਾਏ ਬਾਏ। ਤੇ ਬਾਕੀ ਨਵੇਂ ਸਾਲ ਦੇ ਵਿੱਚ ਜੋ ਗੱਲਾਂ ਹੋਣਗੀਆਂ ਉਹ ਆਪਾਂ ਕਰਾਂਗੇ। ਕੋਈ ਲਿਖੀਆਂ ਚਾਰ ਲਾਈਨਾਂ? ਚਾਰ ਲਾਈਨਾਂ ਲਿਖੀਆਂ ਭਾਜੀ, ਬਿਲਕੁਲ ਛੋਟੀਆਂ ਜਿਹੀਆਂ ਚਾਰ ਲਾਈਨਾਂ ਲਿਖੀਆਂ, ਤੇ ਵੈਸੇ ਕੱਢਣ ਪਾਉਣ ਨੂੰ ਵਿੱਚ ਕੁਛ ਨਹੀਂ ਹੈ, ਹਾਸਾ ਮਜ਼ਾਕ ਗਿਆ ਵੀ ਚਲੋ ਹਲਕਾ ਫੁਲਕਾ ਭਾਰ ਵਾਲਾ ਹੋ ਜਾਵੇ। ਜ਼ਰੂਰ। ਇਹਦੇ ਵਿੱਚ ਭਾਜੀ ਇਹ ਆ ਵੀ ਧਿੰਦੇ ਹੋਣਾਂ ਦੀ ਮੱਝ ਤੇ ਜੀਤੇ ਹੋਣਾਂ ਦੇ ਕੱਟੇ ਨੂੰ ਗੱਲਾਂ ਕਰਦੇ ਆ, ਹਨਾ। ਅੱਛਾ।
ਤੇ ਉਹ ਨਵਾਂ ਸਾਲ ਚੜਿਆ ਸੀ ਤੇ ਪਾਰਟੀ ਕੀਤੀ ਸੀ ਜੋ ਪਾਰਟੀ ਉਹਨਾਂ ਨੇ ਦੇਖੀ ਤੇ ਉਹ ਦੱਸਦੇ ਸੀ ਕਹਿੰਦੇ ਮੱਝ ਕਹਿੰਦੀ ਝੋਟੇ ਨੂੰ ਵੀ ਗੱਲ ਫੋਨ ਅੜਿਆ ਬੰਦਿਆਂ ਦਾ ਕੱਲ ਰਾਤੀ ਨਵਾਂ ਸਾਲ ਚੜਿਆ ਉਹ ਕਹਿੰਦੀ ਕਿੱਦਾਂ ਕੀਤਾ ਕਹਿੰਦਾ ਡੀਜੇ ਉੱਤੇ ਗਾਣੇ ਲਾ ਕੇ ਸਾਰੇ ਨੱਚੀ ਜਾਂਦੇ ਸੀ ਤੇ ਕਈ ਵਿੱਚ ਘੁੱਗੂ ਜਿਹੇ ਇਕੱਲੇ ਟੱਪੀ ਜਾਂਦੇ ਸੀ ਹੱਥਾਂ ਵਿੱਚ ਫੜੇ ਸੀਗੇ ਪੈਪਸੀ ਤੇ ਕੋਕ ਵੇ ਪਹਿਲੀ ਵਾਰੀ ਦੇਖੇ ਮੈਂ ਭੂਤਾਂ ਜਿਹੇ ਲੋਕ ਵੇ ਤੇ ਕਹਿੰਦੀ ਕਈ ਵਿੱਚ ਲੱਗਦੇ ਸੀ ਜਮਾਂ ਆਪਣੇ ਵਰਗੇ ਭਰ ਕੇ ਪਲੇਟਾਂ ਜਦੋਂ ਰਾਸ਼ਨ ਸੀ ਚੜਦੇ ਤੇ ਕਹਿੰਦੀ ਤੁਹਾਡਾ ਜੀ ਤਾਂ ਕੱਲ ਇੱਥੇ ਪੁੱਠਾ ਪੰਗਾ ਪਾ ਗਿਆ ਸ਼ਰਾਬੀ ਹੋਇਆ ਪਲੇਟ ਵਿੱਚੋਂ ਨੱਪ ਕੇ ਨਹੀਂ ਖਾ ਗਿਆ ਤੇ ਕਹਿੰਦੇ ਭਿੰਦੀ ਹੋਣੀ ਜਾ ਕੇ ਉਹਨੂੰ ਮਸੀ ਮਸੀ ਫੜਿਆ ਤੇ ਬੰਦਿਆਂ ਦਾ ਕੱਲ ਰਾਤੀ ਨਵਾਂ ਸਾਲ ਚੜਿਆ ਕਹਿੰਦੀ ਫੇਰ ਜਦੋਂ ਘੜੀ ਉੱਤੇ ਵੱਜੇ ਸੀਗੇ 12 ਤੇ ਫੇਰ ਜਿਵੇਂ ਪਾਰਟੀ ਚ ਆ ਗਈਆਂ ਬਹਾਰਾਂ ਉੱਚੀ ਉੱਚੀ ਫੇਰ ਸਾਰੇ ਰੌਲਾ ਪਾਉਣ ਲੱਗ ਪਏ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਸਾਰੇ ਗਾਉਣ ਲੱਗ ਪਏ ਤੇ ਕਹਿੰਦੀ ਕੋਠੇ ਤੋਂ ਆਵਾਜ਼ ਆਉਣ ਲੱਗੀ ਥਾ ਥਾ ਜੀ ਸ਼ਰਾਬੀ ਹੋਏ ਮੰਡੀਰ ਰੌਲਾ ਬਾਹਰ ਪਾਉਣ ਲੱਗ ਪਈ ਕਹਿੰਦੀ ਮੈਂ ਤਾਂ ਫਿਰਦੀ ਸੀ ਰੱਫਾ ਤੜਵਾਉਣ ਨੂੰ ਤੇ ਲੱਭਦੀ ਸੀ ਥਾਂ ਜਾਣ ਆਪਣੀ ਲੁਕਾਉਣ ਨੂੰ ਨਿੱਕਾ ਜਿਹਾ ਕੱਟਾ ਮੇਰਾ ਵਾਲਾ ਹੀ ਜ਼ਿਆਦਾ ਡਰਿਆ ਗੁਰੂ ਘਰ ਜਾ ਕੇ ਕਾਫੀ ਲੋਕ ਜਿਹੜੇ ਗੁਰੂ ਘਰ ਜਾ ਕੇ ਵੀ ਨਵੇਂ ਸਾਲ ਦੀ ਜਿਹੜੀ ਕਾਮਨਾ ਕਰਦੇ ਨੇ ਸ਼ੁਰੂਆਤ ਕਰਦੇ ਜੀ ਦਵਿੰਦਰ ਬਹੁਤ ਮਿਹਰਬਾਨੀ ਜੀ ਦਵਿੰਦਰ ਸਿਮਰ ਜੀ ਦਵਿੰਦਰ ਹੋਠੀ ਦੀ ਕਵਿਤਾ ਤੁਸੀਂ ਸੁਣੀ ਹੋਣੀ ਆ ਅਕਸਰ ਵੀਰਵਾਰ ਨੂੰ ਜੱਗੀ ਜੀ ਬਟ ਥੋੜੀ ਥੋੜੀ ਹੌਲੀ ਹੌਲੀ ਸੁਣੀ ਜੀ ਤੇ ਮੈਂ ਥੋੜਾ ਜਿਹਾ ਆਵਾਜ਼ ਮੇਰੇ ਤੱਕ ਪੂਰੀ ਨਹੀਂ ਆ ਰਹੀ ਸੀਗੀ ਬਟ ਮੈਂ ਮਹਿਸੂਸ ਕਰ ਪਾ ਰਹੀ ਸੀਗੀ ਤੁਸੀਂ ਉਹਨੂੰ ਇੰਜੋਏ ਕਰ ਰਹੇ ਸੀਗੇ ਤਾਂ ਮੈਂ ਮਹਿਸੂਸ ਕਰ ਪਾ ਰਹੀ ਸੀਗੀ ਕਿ ਬਹੁਤ ਵਧੀਆ ਜੀ ਕੋਈ ਗੱਲ ਕਰ ਰਹੇ ਨੇ ਤੇ ਨਾਲ ਨਾਲ ਸ਼ਾਇਦ ਫਨੀ ਜੀ ਵੀ ਕਰ ਰਹੇ ਨੇ ਜੀ ਹਾਂ ਕਹਿੰਦੇ ਫਨ ਤੇ ਹਿਊਮਰ ਵੀ ਨਾਲ ਨਾਲ ਚੱਲਣਾ ਚਾਹੀਦਾ ਹੈ ਜਿੰਨੀ ਸੰਜੀਦਗੀ ਹੋਣੀ ਚਾਹੀਦੀ ਹੈ ਓਨਾ ਹੀ ਇਨਸਾਨ 'ਚ ਹਿਊਮਰ ਵੀ ਹੋਣਾ ਚਾਹੀਦਾ ਤਾਂ ਹੀ ਦੋਨਾਂ ਦਾ ਤਾਲਮੇਲ ਹੋ ਕਰਕੇ ਜ਼ਿੰਦਗੀ ਦੇ ਰਸਤੇ ਇੱਕਦਮ ਆਸਾਨ ਬਣ ਜਾਂਦੇ ਨੇ ਅਤੇ ਨਾਲ ਨਾਲ ਜਿਹੜੇ ਨਵੇਂ ਲੋਕ ਵੀ ਜੁੜ ਜਾਂਦੇ ਨੇ ਸਿਮਰ ਜੀ ਗੱਲ ਹੱਸਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਨਾ ਰੋਣ ਦਾ ਟਾਈਮ ਹੈ ਨਹੀਂ ਲੋਕਾਂ ਕੋਲ ਕੰਮਾਂ ਕਾਰਾਂ 'ਤੇ ਸਵੇਰੇ ਘਰ ਵਾਲੇ ਦੀ ਸ਼ਿਫਟ ਆ ਸ਼ਾਮੀ ਘਰ ਵਾਲੇ ਦੀ ਸ਼ਿਫਟ ਹੈ ਕਈ ਵਾਰੀ ਇੱਕ ਦੂਜੇ ਦੀ ਸ਼ਕਲ ਵੀ ਹਫ਼ਤੇ ਬਾਅਦ ਦੇਖਦੇ ਵੀਕਐਂਡ 'ਤੇ ਅਤੇ ਸੋ ਇੱਥੇ ਰੋਣ ਦਾ ਵੀ ਟਾਈਮ ਨਹੀਂ ਇੱਕੋ ਲੇਡੀ ਕਹਿੰਦੀ ਆਪਣੇ ਹਸਬੈਂਡ ਨੂੰ ਵੀ ਮੇਰਾ ਨਾ ਤੁਹਾਡੇ ਮੋਢੇ ਲੱਗ ਕੇ ਗਲ ਲੱਗ ਕੇ ਰੋਣ ਨੂੰ ਜੀ ਕਰਦਾ ਹੁਣ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਉਹ ਕਹਿੰਦਾ ਵੀ ਐਂ ਕਰ ਭਗਵਾਨ ਤੂੰ ਨਾਲ ਬੈਠ ਜਾ ਅਤੇ ਮੈਂ ਦਫ਼ਤਰ ਚੱਲਿਆ ਤਾਂ ਤੂੰ ਮੋਢੇ ਲੱਗ ਕੇ ਮੇਰੇ ਰੋ ਲਈ ਜਿੱਥੇ ਤੇਰਾ ਰੋਣਾ ਮੁੱਕ ਗਿਆ ਉੱਥੇ ਫਿਰ ਉਬਰ ਕਰਕੇ ਵਾਪਸ ਆ ਜੀ ਤਾਂ ਮੈਂ ਦਫ਼ਤਰ ਚੱਲ ਜਾਊਂਗਾ ਸੋ ਇਹ ਬਿਜ਼ੀ ਲਾਈਫ ਇੱਧਰ ਬਹੁਤ ਜ਼ਿਆਦਾ ਹਾਂ ਬਿਜ਼ੀ ਲਾਈਫ ਹੈ ਬਟ ਬਿਜ਼ੀ ਲਾਈਫ ਦੇ ਵਿੱਚ ਵੀ ਮੈਨੂੰ ਇਹ ਲੱਗਦਾ ਹੈ ਕਿ ਇਨਸਾਨ ਕੋਲ ਕੁਛ ਪਲ ਹਰ ਰੋਜ਼ ਆਪਣੇ ਨਾਲ ਬਤੀਤ ਕਰਨ ਵਾਸਤੇ ਆਪਣੇ ਨਾਲ ਬਿਤਾਉਣ ਵਾਸਤੇ ਜ਼ਰੂਰ ਹੋਣੇ ਚਾਹੀਦੇ ਨੇ ਕਿਉਂਕਿ ਜਿਹੜੀ ਆਪਣੀ ਆਪਣੇ ਹੋਣ ਦੀ ਜਾਂ ਆਪਣੀ ਹੋਂਦ ਦੀ ਜਿਹੜੀ ਖੁਸ਼ਬੂ ਹੈ ਉਹ ਤਾਂ ਹੀ ਉਹ ਨਾਲ ਰਹਿੰਦੀ ਹੈ ਨਹੀਂ ਤਾਂ ਫਿਰ ਰੰਗ ਜੇ ਦੂਜੇ ਚੜ ਗਏ ਤਾਂ ਫਿਰ ਉਤਾਰਨੇ ਵੀ ਔਖੇ ਹੋ ਜਾਂਦੇ ਨੇ ਤੇ ਰੰਗ ਜਿਹੜਾ ਹੈਗਾ ਉਹ ਆਪਣਾ ਹੀ ਹੋਣਾ ਚਾਹੀਦਾ ਤੇ ਆਪਣੀ ਪੰਜਾਬੀਅਤ ਦਾ ਹੀ ਹੋਣਾ ਚਾਹੀਦਾ ਹੈ ਜੀ ਕਾਲ ਲੈ ਰਹੇ ਸਿਮਰ ਜੀ ਹੈਲੋ ਜੀ ਜੱਗੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਿਮਰ ਜੀ ਦੀ ਤੁਹਾਨੂੰ ਵੀ ਬਹੁਤ ਬਹੁਤ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਪਹਿਲਾਂ ਤੁਹਾਨੂੰ ਵੀ ਨਵੇਂ ਸਾਲ ਦੀਆਂ ਵਧਾਈਆਂ ਤੇ ਆਪਣੇ ਸਿਮਰਜੀਤ ਕੌਰ ਨੂੰ ਵੀ ਜੀ 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 ਥੈਂਕ ਯੂ ਜੀ ਹਾਂਜੀ ਹੋਰ ਕਿਦਾਂ ਠੀਕ ਹੈ ਬਹੁਤ ਵਧੀਆ ਜੀ ਨਵਾਂ ਸਾਲ ਸਾਰਿਆਂ ਦਾ ਸੁੱਖਾਂ ਦਾ ਨੰਗੇ ਇਹ ਜਿੱਦਾਂ ਇਹਨੀ ਭੈਣ ਜੀ ਹੋਣੀ ਕਿਹਾ ਤੇ ਪਿਛਲੀਆਂ ਉਮੀਦਾਂ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਉਹ ਵੀ ਪੂਰੀਆਂ ਹੋ ਜਾਣ ਜੀ 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 ਬਾਕੀ ਤੇ ਨਾਲ ਨਾਲ ਇੱਦਾਂ ਹੈ ਜੱਗੀ ਜੀ ਤੰਦਰੁਸਤੀ ਚਾਹੀਦੀ ਹੈ ਸਭ ਕੁਛ ਹੋ ਜਾਣਾ ਸਭ ਤੋਂ ਜ਼ਰੂਰੀ ਤੰਦਰੁਸਤੀ ਹੈ ਜੀ ਜੇ ਕਰੋੜਾਂ ਡਾਲਰ ਪਿਆ ਸ਼ਾਂਤੀ ਅਮਨ ਚੈਨ ਚਾਹੀਦੀ ਹੈ ਸਰ ਜੀ ਕਰੋੜਾਂ ਡਾਲਰ ਪਿਆ ਤੇ ਸਿਹਤ ਠੀਕ ਨਹੀਂ ਹੈ ਤੇ ਫਿਰ ਉਹਦਾ ਕਿਸੇ ਕੰਮ ਕੀ ਕਰੂਗਾ ਜੀ ਕਿਸੇ ਕੁਛ ਨਹੀਂ ਕਰ ਸਕਦਾ ਹੁਣ ਕਰੋੜਾਂ ਡਾਲਰ ਹੈਗਾ ਆ ਤੇ ਉਹਨੂੰ ਇਹ ਫਿਕਰ ਖਾਈ ਜਾਂਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਜਦ ਕੋ ਹੈਗਾ ਸਹੀ ਗੱਲ ਹੈ ਜੀ ਸਹੀ ਉੱਠ ਉੱਠ ਕੇ ਲੋਕ ਦੇਖਦਾ ਆਪਣੇ ਜਿਹੜੇ ਹੈਗੇ ਲੋਕਰ ਤੁਹਾਡੇ ਤਾਂ ਫਿਰ ਨਵਾਂ ਸਾਲ ਚੜ੍ਹਨ ਵਾਲਾ ਹੀ ਹੈ ਜੀ ਨੇੜੇ ਹੀ ਲੱਗੇ ਕੰਮ ਬਿਲਕੁਲ ਜੀ ਬਿਲਕੁਲ ਹੁਣ ਵਧਾਈਆਂ ਹੋਣ ਵਾਲੀਆਂ ਆਪਣੇ ਨਿਊਯਾਰਕ ਨਿਊਯਾਰਕ ਚ ਹਾਂਜੀ ਤੇ ਆਪਣੇ ਜੱਗੀ ਜੀ ਇੱਕ ਮੈਂ ਤੁਹਾਨੂੰ ਦੱਸਾਂ ਇਹ ਜਿਹੜਾ ਸਭ ਤੋਂ ਪਹਿਲਾਂ ਇਹਦੀ ਕਿਰਨ ਪੈਂਦੀ ਆ ਇਹ ਆਪਣੇ ਨਿਊਜ਼ ਨਾ ਆਪਣੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਇੱਕ ਹੈਗਾ ਟਾਪੂ ਛੋਟਾ ਜਿਹਾ ਜੀ ਮੈਂ ਦੱਸਿਆ ਹਾਂਜੀ ਹਾਂਜੀ ਪੈਸੀਫਿਕ ਆਈਲੈਂਡ ਜਿਹੜਾ ਆਈਲੈਂਡ ਉਹਦੇ ਵਿੱਚ ਇਹ ਪਹਿਲਾ ਸੂਰਜ ਦੀ ਕਿਰਨ ਪੈਂਦੀ ਹੈ ਨਵੇਂ ਸਾਲ ਦੀ ਜੀ ਬਿਲਕੁਲ ਬਿਲਕੁਲ ਲਗਦਾ ਸੀ ਪਹਿਲਾਂ ਕਹਿੰਦੇ ਸੀ ਉਹ ਇੱਥੇ ਚੜਦਾ
ਇੱਦਾਂ ਆ ਵੀ ਜਿੱਦਾਂ ਜਿੱਦਾਂ ਉਹ ਘੁੰਮ ਕੇ ਆਈ ਜਾਂਦਾ ਮੋਹਰੇ ਸੂਰਜ ਧਰਤੀ ਤੰਦਰੁਸਤੀ ਜਿਵੇਂ ਇਹਨਾਂ ਨੇ ਕਿਹਾ ਵੀ ਉਹ ਰਹੇ ਸਾਨੂੰ ਬਹੁਤ ਸਾਰੇ ਮੇਰੇ ਫੋਨ ਦੇ ਉੱਪਰ ਵੀ ਨਾਲ ਮੈਸੇਜ ਆ ਰਹੇ ਨੇ ਔਰ ਜਿਹਨਾਂ ਦੀਆਂ ਗੱਲਾਂ ਰਹਿ ਜਾਂਦੀਆਂ ਫੋਨ ਤੇ ਮੈਸੇਜ ਕਰਕੇ ਆਪਣਾ ਸੁਨੇਹਾ ਛੱਡ ਸਕਦੇ ਹੋ ਮੈਂ ਅਨਾਊਂਸ ਜ਼ਰੂਰ ਕਰੂੰਗਾ ਹੁਣ ਨਰਿੰਦਰ ਮਾਨ ਮੋਡੈਸਟੋ ਤੋਂ ਉਹਨਾਂ ਦੇ ਵੀ ਨਾਲ ਫੋਨ ਵੀ ਵੱਜ ਰਿਹਾ ਸੀ ਮੇਰਾ ਤਾਂ ਨਾਲ ਫੋਨ 'ਤੇ ਮੈਸੇਜ ਵੀ ਆਇਆ ਵਧਾਈ ਦਿੰਦੇ ਨੇ ਸਾਰੇ ਨਵੇਂ ਸਾਲ ਦੀ ਬੂਟਾ ਸਿੰਘ ਖੱਖ ਸੀਗੇ ਸੁਖਦੇਵ ਸਮਰਾ ਇੰਡੀਆਨਾ ਤੋਂ ਉਹਨਾਂ ਨੇ ਵੀ ਅਕਸਰ ਕੋਈ ਨਾ ਕੋਈ ਹੁੰਦਾ ਤਾਂ ਨਾਲ ਮੈਸੇਜ ਕੋਈ ਵੀ ਪ੍ਰੋਗਰਾਮ ਹੁੰਦਾ ਨਾਲ ਮੈਸੇਜ ਕਰਦੇ ਨੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਮੈਸੇਜ ਆ ਰਹੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਹਾਂਜੀ ਸਿਮਰ ਜੀ, ਮੈਂ ਜੱਗੀ ਜੀ ਵਿੱਚ ਤੁਸੀਂ ਗੱਲ ਕਰ ਰਹੇ ਸੀਗੇ, ਮੈਂ ਟੋਕਣਾ ਨਹੀਂ ਚਾਹੁੰਦੀ ਸੀ ਬਟ ਉੱਥੇ ਤੁਹਾਡੇ ਨਾਲ ਨਾਲ ਮੈਸੇਜ ਆ ਰਹੇ ਨੇ, ਇੱਥੇ ਮੈਨੂੰ ਮੈਸੇਜ ਆ ਰਹੇ ਨੇ ਕਿ ਸਿਮਰ ਇੱਕ ਛੋਟੀ ਜਿਹੀ ਬ੍ਰੇਕ ਤਾਂ ਲੈਣੀ ਹੋਈ ਪੈਣੀ ਹੈ, ਤਾਂ ਮਿਲਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਟਾਈਮ ਦਾ ਪਤਾ ਨਹੀਂ ਲੱਗਦਾ, ਫਟਾਫਟ ਭੱਜਾ ਜਾਂਦਾ। ਸਿਮਰ ਜੀ, ਆਪਾਂ ਮੇਰੇ ਖਿਆਲ ਹੁਣ ਟਾਈਮ ਜਿਹੜਾ ਬਹੁਤ ਥੋੜ੍ਹਾ ਬਚਿਆ ਅਤੇ ਸਾਡੇ ਦਰਸ਼ਕਾਂ ਨੂੰ ਨਿਊਯਾਰਕ ਦੀ ਸੈਰ ਕਰਾ ਦਈਏ। ਨਿਊਯਾਰਕ ਜਿਹੜੀ ਐਪਲ ਉੱਥੇ ਹੈਗੀ ਆ, ਡਿੱਗਦੀ ਆ ਬੋਲ ਪੂਰੇ 12 ਵਜੇ, ਬੜਾ ਲੱਖਾਂ ਲੋਕ ਉੱਥੇ ਸ਼ਾਮਿਲ ਹੁੰਦੇ ਆ, ਅਤੇ ਮੇਰੇ ਖਿਆਲ ਨਿਊਯਾਰਕ ਲੈ ਜਾਈਏ। ਜੀ ਜੀ ਬਿਲਕੁਲ ਜੱਗੀ ਜੀ, ਅਤੇ ਆਪਾਂ ਉਸ ਮਾਹੌਲ ਦੇ ਵਿੱਚ ਇੱਕਦਮ ਚਲੇ ਜਾਂਦੇ ਹਾਂ ਕਿ ਜਿੱਥੇ ਸ਼ੋਰੋ ਗੁਲ ਹੈਗਾ, ਇੱਕਦਮ ਕਹਿੰਦੇ ਨੇ ਕਿ ਉਤਸ਼ਾਹ। ਔਰ ਹਿੰਦੀ ਮੈਂ ਬੋਲ ਲਓ ਥੋੜ੍ਹਾ ਸਾ, ਚਲੋ ਮੈਂ ਹਿੰਦੀ ਨਹੀਂ ਬੋਲਦੀ, ਮੈਂ ਪੰਜਾਬੀ ਅੰਗਰੇਜ਼ੀ ਸ਼ੁਰੂ ਕਰ ਲਓ ਹੁਣ। ਜਿੱਥੇ ਇੱਕਦਮ ਰੌਣਕ ਲੱਗੀ ਹੋਈ ਹੈ ਅਤੇ ਆਪਾਂ ਉੱਥੇ ਚੱਲਦੇ ਹਾਂ ਅਤੇ ਨਾਲ ਸਾਰਿਆਂ ਦੇ ਮਨਾਵਾਂਗੇ ਨਵਾਂ ਸਾਲ, ਕਿਉਂ? ਦੇਖ ਰਹੇ ਹਾਂ ਜੱਗੀ ਜੀ, ਨਹੀਂ ਮੈਂ ਕਹਾਂ ਦੇਖਣਾ, ਇਹ ਚੱਲ ਰਿਹਾ ਹੈ ਟਾਈਮ ਸਕੁਆਇਰ ਜੀ। ਹੈਗਿਆ ਅਤੇ ਨਾਲੇ ਹੈਗਾ ਨਿਊਯਾਰਕ ਦਾ ਟਾਈਮ ਸਕੁਆਇਰ, ਤਾਂ ਫਿਰ ਧੜਕਣਾ ਨਵੇਂ ਸਾਲ ਦੇ ਵੈਲਕਮ ਲਈ ਵੱਧ ਰਹੀਆਂ ਨੇ, ਕਿਉਂ? ਬਿਲਕੁਲ, ਧੜਕਣਾ ਤੇਜ਼ ਹੋ ਗਈਆਂ ਔਰ ਉੱਥੇ ਲੋਕਾਂ ਦਾ ਜਿਹੜਾ ਜਸ਼ਨ ਹੈ ਉਹ ਦੇਖਣ ਵਾਲਾ ਹੁੰਦਾ ਹੈ। ਔਰ ਕਿਵੇਂ ਲੱਗ ਰਿਹਾ ਤੁਹਾਨੂੰ? ਮੈਂ ਤਾਂ ਉੱਥੇ ਜਾ ਕੇ ਵੀ ਦੇਖਿਆ, ਵੈਸੇ ਵਧੀਆ, ਬਹੁਤ ਜ਼ਬਰਦਸਤ ਹੁੰਦਾ ਜੀ ਇਹ। ਮੈਂ ਬਸ ਮੈਂ ਕਿਹਾ, ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਆਈ ਐਮ ਸਿਟਿੰਗ ਓਵਰ ਦੇਅਰ, ਮੈਂ ਉੱਥੇ ਹੀ ਹੈਗੀ ਹਾਂ, ਮੈਨੂੰ ਤਾਂ ਇਸ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਇੱਕਦਮ। ਬਿਲਕੁਲ ਜੀ, ਨਾਲ ਸਾਡੇ ਲੱਖਾਂ ਦਰਸ਼ਕ ਵੀ ਨਾਲ ਜੁੜੇ ਹੋਏ ਨੇ, ਸੋ ਅੱਜ ਕਾਲਾਂ ਘੱਟ ਲੈ ਹੋਈਆਂ, ਫਿਰ ਜ਼ਰੂਰ ਲਵਾਂਗੇ। ਸੋ ਨਵੇਂ ਸਾਲ ਦੀਆਂ ਜਿਹੜੀਆਂ ਸ਼ੁਭਕਾਮਨਾਵਾਂ ਉਹ ਬਿਲਕੁਲ ਤਿਆਰ ਨੇ, ਨਵੇਂ ਸਾਲ ਦੀਆਂ ਵਧਾਈਆਂ ਪਲੇਟਾਂ 'ਚ ਪਾ ਕੇ ਰੱਖੀਆਂ ਹੋਈਆਂ ਨੇ। 45 seconds are left and ਨਿਊਯਾਰਕ ਦੀ ਜਿਹੜੀ ਬੋਲ ਹੈਗੀ ਆ ਉੱਥੇ ਮੈਂ ਟਾਈਮ ਦੇਖ ਪਾ ਰਹੀ ਹਾਂ ਅਤੇ ਬੋਲ ਦੇਖੋ ਕਿੰਨੀ ਸੱਜੀ ਹੋਈ, ਇੱਕਦਮ ਸੁੰਦਰ ਸੋਹਣੀ ਜੀ। 32 seconds are left ਅਤੇ ਆਪਾਂ ਫਿਰ ਇੱਕ ਦੂਜੇ ਨੂੰ ਪਹਿਲਾਂ ਕਹਿ ਲਈਏ, ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਹੈਪੀ ਨਿਊ ਈਅਰ ਕਹਿਣਾ ਹੈਗਾ, ਹੈ ਨਾ ਜੀ? ਬਿਲਕੁਲ, ਦਰਸ਼ਕਾਂ ਨੂੰ ਹੈਪੀ ਨਿਊ ਈਅਰ ਕਹਿੰਦੇ ਹਾਂ ਕਿਉਂਕਿ ਨਾਲ ਦੇ ਨਾਲ ਕਾਊਂਟ ਡਾਊਨ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਔਰ ਇਹ ਵੱਖਰਾ ਨਜ਼ਾਰਾ ਹੁੰਦਾ ਵੈਸੇ ਅੱਜ ਬਾਹਰ ਜਾ ਕੇ ਮਨਾਉਂਦੇ ਨੇ ਨਵਾਂ ਸਾਲ, ਅਸੀਂ ਆਪਣੇ ਦਰਸ਼ਕਾਂ ਦਾ ਮਨਾ ਰਹੇ ਜੀ। 9 8 7 6 5 4 3 2 1 Happy New Year! ਖੂਬੀ ਹੈਗੀ ਹੈ ਕਿ ਦੁਨੀਆਂ ਦੇ ਹਰ ਕੋਨੇ ਨੂੰ ਤੁਹਾਡੇ ਦਿਲਾਂ ਨਾਲ ਜੋੜ ਦਿੰਦਾ ਹੈ, ਕਿਉਂ? ਹੈਪੀ ਨਿਊ ਈਅਰ ਟੂ ਆਰ ਵਿਅਰਸ ਐਂਡ ਜੱਗੀ ਜੀ। ਕੈਲੀਫੋਰਨੀਆ ਵਾਲਿਆਂ ਨੂੰ ਵੇਟ ਕਰਨੀ ਪੈਣੀ ਸਾਨੂੰ, ਅਜੇ 3 ਘੰਟੇ ਬਾਅਦ ਇੱਥੇ ਹੈਪੀ ਨਿਊ ਈਅਰ ਹੋਏਗਾ। ਚਲੋ ਜਿਹੜੇ ਜਿਨ੍ਹਾਂ ਦਾ ਹੋ ਗਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਬਖਸ਼, ਹਰ ਖੁਆਇਸ਼ ਜਿਹੜੀ ਉਹ ਪੂਰੀ ਕਰੇ ਜਿਹੜੀ ਵੀ ਤੁਹਾਡੇ ਦਿਲ ਦੀ ਹੈਗੀ ਆ। ਸੋ 2020 ਬਹੁਤ ਖੁਸ਼ੀਆਂ ਭਰਿਆ, ਜਿਹੜਾ ਉਮੀਦ ਹੈ ਹੋਪ ਹੈ ਕਿ ਸਭ ਵਾਸਤੇ ਬਹੁਤ ਵਧੀਆ ਰਹੇਗਾ। ਸਿਮਰ ਜੀ, 2020 ਖੁਸ਼ੀਆਂ ਦਾ ਜਿਹੜਾ 2020 ਆਪਾਂ ਖੇਡੀਏ, ਕਿਉਂ ਜੀ? 2020 ਆਪਾਂ ਵੀ ਹੁਣ 2020 ਦੇ ਵਿੱਚ ਵਧੀਆ 2020 ਏਜ ਵੀ 2020 ਕਰ ਰਹੇ ਹਾਂ, ਤੇ ਜਸ ਪੰਜਾਬੀ ਵੱਲੋਂ ਵੀ ਆਪਾਂ ਆਪਣੇ ਵੀਅਰਸ ਨੂੰ ਸਾਰਿਆਂ ਨੂੰ
ਇੱਕ ਕਹਿ ਦਿੰਦੇ ਹਾਂ ਕਿ ਹੈਪੀ ਨਿਊ ਈਅਰ। ਹੈਪੀ ਨਿਊ ਈਅਰ ਜੀ। ਅਤੇ ਮੈਂ ਅਖੀਰ ਦੇ ਵਿੱਚ ਸਿਮਰ ਜੀ ਜਿੱਥੇ ਤੁਹਾਡਾ ਧੰਨਵਾਦ ਕਰਦਾ ਬਹੁਤ, ਉੱਥੇ ਧੰਨਵਾਦ ਮੈਂ ਕਰਨਾ ਚਾਹੁੰਦਾ ਪੈਨੀ ਕੇ ਸੰਧੂ ਜੀ, ਸਾਡੇ CEO ਜਿਨ੍ਹਾਂ ਦੀ ਛਤਰਛਾਇਆ ਹੇਠ ਅਸੀਂ ਸਾਰਾ ਕੰਮ ਕਰਦੇ ਹਾਂ, ਜਿਹੜੇ ਅਸੀਂ ਹਜੇ ਅੱਕ ਜਾਂਦੇ ਹਾਂ, ਥੱਕ ਜਾਂਦੇ ਹਾਂ, ਲੇਕਿਨ ਉਹ ਨਾ ਅੱਕਦੇ ਅਤੇ ਨਾ ਥੱਕਦੇ ਅਤੇ ਨਾ ਕਦੇ ਗੁੱਸੇ ਵਿੱਚ ਆਉਂਦੇ, ਹਮੇਸ਼ਾ ਕੂਲ ਰਹਿੰਦੇ ਨੇ। ਇਹੋ ਜਿਹਾ ਬੌਸ ਸਭ ਨੂੰ ਮਿਲੇ। ਔਰ ਮੈਂ ਜੇ ਆਪਣੀ ਗੱਲ ਕਰਾਂ ਸਿਮਰ ਜੀ, ਤਾਂ ਮੈਂ ਜੋ ਕੁਛ ਜਸ ਪੰਜਾਬੀ ਤੋਂ ਸਿੱਖਿਆ ਕਿਤੇ ਉਹ ਨਹੀਂ ਸਿੱਖਿਆ। ਸੋ ਪੈਨੀ ਕੌਰ ਸੰਧੂ ਜੀ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਸ਼ਮਤਾ ਜੀ ਹੈਗੇ ਨੇ ਸਾਡੇ ਅਜੇ, ਹੁਣ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਮੇਰੇ ਕੋਲ ਦੀਪਕ ਧਮਾਨ ਜਿਹੜੇ ਡਾਇਰੈਕਟਰ ਬ੍ਰੌਡਕਾਸਟਿੰਗ ਉਹ ਆਏ ਹੋਏ ਨੇ। ਸਿਮਰ ਜੀ ਤੁਹਾਡੀ ਸਾਰੀ ਟੀਮ ਜਿਹੜੀ ਹੈਗੀ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਨਿਊਯਾਰਕ ਦੇ ਵਿੱਚ ਸਾਡੇ ਸੰਘਾ ਸਾਹਿਬ ਸੁੱਖਾ ਸੰਘਾ ਜੀ ਬੈਠੇ ਨੇ, ਅਤੇ ਸਿਮਰ ਜੀ ਤੁਸੀਂ ਆਪਣੀ ਟੀਮ ਦਾ ਵੀ ਜ਼ਿਕਰ ਕਰਦੇ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਥੈਂਕ ਯੂ ਕਹਿੰਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਸ਼ੋਅ ਦੇ ਵਿੱਚ। ਕਹਿ ਸਕਦੇ ਹਾਂ ਕਿ ਬੇਸ਼ੱਕ ਅਸੀਂ ਨਵਾਂ ਨਾਂ ਦੇ ਦਿੱਤਾ ਅੱਜ ਨਵੇਂ ਸਾਲ ਦੀ ਤਰ੍ਹਾਂ ਕਹਿ ਕੇ ਵੀ ਇਸ ਪਰਟੀਕੁਲਰ ਟਾਈਮ ਨੂੰ ਆਪਾਂ ਨਵਾਂ ਨਾਂ ਦੇ ਦਿੰਦੇ ਹਾਂ, ਬਟ ਇਹ ਟਾਈਮ ਜਿਹੜਾ ਸੀਗਾ ਉਹ ਤੁਹਾਡੇ ਸਕਰੀਨ 'ਤੇ ਰਹਿਣ ਦਾ ਸੀਗਾ, ਅਤੇ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਸਕਰੀਨ ਸ਼ੇਅਰ ਕਰ ਸਕਾਂ ਅਤੇ ਜਸ ਪੰਜਾਬੀ ਦੇ ਵਿਊਅਰਸ ਨਾਲ ਮੈਂ ਰੂਬਰੂ ਹੋ ਸਕਾਂ। ਅਤੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਡੇ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਦਾ ਥੈਂਕ ਯੂ ਕਰਦੀ ਹਾਂ, ਅਤੇ ਡੈਫੀਨੇਟਲੀ ਪੈਨੀ ਕੇ ਸੰਧੂ ਜੀ ਦਾ ਥੈਂਕਸ ਹੈਗਾ, ਕਿਉਂਕਿ ਜਿਹੜਾ ਵੀ ਕਹਿੰਦੇ ਨੇ ਕਿ ਜੇ ਲੀਡਰਸ਼ਿਪ ਚੰਗੀ ਹੋਏ ਤਾਂ ਫਿਰ ਹਰ ਪੜਾਅ ਜਿਹੜਾ ਹਰ ਕਦਮ ਹੈ ਉਹ ਸੋਚ ਸਮਝ ਕੇ ਸੁਲਝਿਆ ਹੋਇਆ ਹੀ ਚੱਲਦਾ ਹੈ, ਅਤੇ ਸੁਲਝੇ ਹੋਏ ਰਸਤੇ ਬੜੇ ਦੂਰ ਤੱਕ ਜਾਂਦੇ ਹੈਗੇ ਨੇ ਅਤੇ ਖੁਸ਼ਬੂਆਂ ਵਾਲੇ ਹੁੰਦੇ ਹੈਗੇ ਨੇ। ਅਤੇ ਇਸ ਦੇ ਨਾਲ ਨਾਲ ਜਿਹੜੇ ਸਾਡੇ ਇੱਥੇ ਇੰਡੀਆ ਦੇ ਵਿੱਚ ਟੀਮ ਹੈ, ਯਾਦਵ ਜੀ ਨੇ, ਮਨਦੀਪ ਜੀ ਨੇ, ਗੁਰਪ੍ਰੀਤ, ਹਰਬੰਸ, MCR ਦੇ ਵਿੱਚ ਵਿਲੀਅਮ, ਭੁਵਨ ਐਂਡ ਕਪਿਲ ਐਂਡ ਲੌਂਗ ਟੀਮ ਵੀ ਆਰ ਹੇਅਰ। ਔਰ ਜੇ ਕੋਈ ਰਹਿ ਗਿਆ ਤਾਂ ਉਹ ਬੁਰਾ ਨਾ ਮਨਾਵੇ, ਅਤੇ ਉਹਨੂੰ ਆਪਾਂ ਸਾਰਿਆਂ ਨੂੰ ਕਹਿ ਦਿੰਦੇ ਹਾਂ ਹੈਪੀ ਨਿਊ ਈਅਰ। ਔਰ ਹੈਪੀ ਨਿਊ ਈਅਰ ਅਤੇ ਨਾਲ ਨਾਲ ਸਾਰਿਆਂ ਨੂੰ ਹੈਪੀ ਨਿਊ ਈਅਰ ਜੀ। ਬਹੁਤ ਬਹੁਤ ਅਤੇ ਮੈਂ ਜਾਂਦੇ ਜਾਂਦੇ ਇੱਕ ਲਾਈਨ ਕਹਿਣੀ ਹੈਗੀ ਹੈ ਜਿਹੜੀ ਮੈਂ ਦਿਲ ਕੀ ਓਪਨ ਸਟੇਜ 'ਚ ਹਮੇਸ਼ਾ ਕਹਿੰਦੀ ਹੈਗੀ ਹਾਂ, ਕਹਿਣਾ ਜੀ, ਆਪਣਾ ਖਿਆਲ ਰੱਖੀਏਗਾ, ਆਪਣੋ ਕਾ ਖਿਆਲ ਰੱਖੀਏਗਾ, ਜੋ ਛੋਟੇ ਛੋਟੇ ਸੇ ਦਿਲ ਆਪਕੇ ਆਸ ਪਾਸ ਆਪਕੇ ਲਈ ਧੜਕ ਰਹੇ ਹੈ ਉਨਕਾ ਵੀ ਖਿਆਲ ਰੱਖੀਏਗਾ, ਠੀਕ ਹੈ। ਆਪਣਾ ਖਿਆਲ ਰੱਖਿਓ, ਆਪਣਿਆਂ ਦਾ ਵੀ ਖਿਆਲ ਰੱਖਿਓ, ਅਤੇ ਦੇਖਿਓ ਜਿਹੜੇ ਛੋਟੇ ਛੋਟੇ ਜਿਹੇ ਦਿਲ ਤੁਹਾਡੇ ਲਈ ਆਸ ਪਾਸ ਤੁਹਾਡੇ ਨੇੜੇ ਧੜਕ ਰਹੇ ਨੇ ਉਹਨਾਂ ਦਾ ਵੀ ਖਿਆਲ ਰੱਖੋ, ਅਤੇ ਜੇ ਥੋੜ੍ਹਾ ਜਿਹਾ ਟਾਈਮ ਮਿਲਿਆ ਤਾਂ ਸਾਡਾ ਵੀ ਰੱਖ ਲਿਓ ਖਿਆਲ ਥੋੜ੍ਹਾ ਜਿਹਾ। ਟੇਕ ਕੇਅਰ, ਲਵ ਯੂ, ਬਾਏ ਬਾਏ ਜੱਗੀ ਜੀ। ਅਤੇ ਜੀ ਸਿਮਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਜਾਂ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ। ਮੈਂ ਸਿਰ ਧੜਾ ਰਿਹਾ, ਟਾਈਮ ਘੱਟ ਹੈ, ਸਾਰਿਆਂ ਨੂੰ ਹੈਪੀ ਨਿਊ ਈਅਰ, ਸਾਰਿਆਂ ਨੂੰ ਹੈਪੀ ਨਿਊ ਈਅਰ। 209-450-3362 'ਤੇ ਤੁਸੀਂ ਆਪਣਾ ਸੁਨੇਹਾ ਛੱਡ ਸਕਦੇ ਹੋ। ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ, ਇੱਕ ਛੋਟੀਆਂ ਜਿਹੀਆਂ ਦੋ ਲਾਈਨਾਂ ਨੇ। ਮੇਰੇ ਦਿਲ ਦੀ ਇੱਛਾ ਹੈ ਕਿ ਪੂਰੀ ਦੁਨੀਆ ਦੇ ਲੋਕ ਅਮਨ ਅਮਾਨ ਨਾਲ ਰਹਿਣ, ਇੱਥੋਂ ਤੱਕ ਕਿ ਭਾਰਤ ਅਤੇ ਪਾਕਿਸਤਾਨ ਵੀ ਇੱਕ ਦੂਜੇ ਨੂੰ ਕਹਿਣ ਹੈਲੋ ਮਾਈ ਡੀਅਰ, ਹੈਪੀ ਨਿਊ ਈਅਰ। ਇਹ ਵੀ ਕਹਿਣ ਹੈਲੋ 2020।